ਪੰਜਾਬੀ ਪੌਡਕਾਸਟ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਸੰਤਾਰ ਅੱਜ ਅਸੀਂ ਗੱਲਬਾਤ ਕਰਾਂਗੇ ਕਮਲਜੀਤ ਨੀਰੂ ਹੁਣਾ ਦੇ ਨਾਲ ਪੰਜਾਬੀ ਪੌਡਕਾਸਟ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਜਿੱਥੇ ਵੀ ਹੋ ਸਕਦਾ ਸ਼ੇਅਰ ਕਰੋ ਤੇ ਆਓ ਜੀ ਸ਼ੁਰੂ ਕਰਦੇ ਹਾਂ ਪੰਜਾਬੀ ਪੌਡਕਾਸਟ ਸਤਿ ਸ੍ਰੀ ਅਕਾਲ ਜੀ ਪੰਜਾਬੀ ਪੌਡਕਾਸਟ ਵਿੱਚ ਤੁਹਾਡਾ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸੰਤਾਰ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੀ ਆਵਾਜ਼ ਸੁਣ ਕੇ ਔਰ ਬੜੇ ਸਾਲਾਂ ਬਾਅਦ ਆਪਾਂ ਅੱਜ ਰੂਬਰੂ ਹੋ ਰਹੇ ਹਾਂ ਹਾਂ ਜੀ ਸ਼ੁਕਰ ਹੈ ਉਸ ਦਾਤੇ ਦਾ ਕਿ ਜਗ੍ਹਾ ਪੁਰਾਣੀਆਂ ਸਾਂਝਾਂ ਨੇ ਆਪਣੀਆਂ ਉਹੋ ਪੇ ਖੜੀਆਂ ਨੇ ਉਹਨੀਆਂ ਹੀ ਸਟਰੋਂਗ ਨੇ ਉਹ ਇੱਕਾ ਕਰੋਨੇ ਕਰਕੇ ਵੀ ਹੁਣ ਜਦੋਂ ਟ੍ਰੈਵਲ ਬਹੁਤ ਰੁਕ ਗਿਆ ਨਾ ਪੰਜਾਬੀ ਵਿਰਸਾ ਅਸੀਂ ਪਿਛਲੀ ਵਾਰੀ ਜਦੋਂ ਕੀਤਾ ਸੀ ਮੇਰਾ ਖਿਆਲ 18 ਚ ਹਾਂਜੀ ਅਸੀਂ ਹੁਣ 18 ਦੇ ਮਿਲੇ ਹੋਏ ਆ ਐਡਮਿੰਟਨ ਦੇ ਹੁਣ ਦੇਖ ਲਓ ਤੁਸੀਂ 2022 ਚਾਰ ਸਾਲ ਹੋ ਗਏ ਹਾਂਜੀ ਤੇ ਐਂਟਰਟੇਨਮੈਂਟ ਇੰਡਸਟਰੀ ਨੂੰ ਬਹੁਤ ਫਰਕ ਪਿਆ ਕਰੋਨਾ ਨੇ ਖਾਸਾ ਨੁਕਸਾਨ ਕੀਤਾ ਹਾਂਜੀ 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 ਤੇ ਤੁਸੀਂ ਕਿਦਾਂ ਵਧੀਆ ਜੀ ਚੜ੍ਹਦੀ ਕਲਾ ਵਾਇਗਰੂ ਦੀ ਮੇਰਾ ਕਿੱਦਾਂ ਰ ਲਾਉਂਦੇ ਹੰਨੇ ਆਪਣਾ ਦਿਲ ਦਿਨ ਰਾਤ ਦਿਨ ਕੁਛ ਵੀ ਨਹੀਂ ਜੀ ਸਵੇਰ ਹੁੰਦੀ ਆ ਸਵੇਰੇ ਉੱਠ ਕੇ ਮੇਰੇ ਪਾਪਾ ਮੇਰੇ ਨਾਲ ਨੇ ਹੀ ਇਸ 96 ਹਾਂਜੀ ਹਾਂਜੀ ਉਹਨਾਂ ਨੂੰ ਚਾਹ ਪਾਣੀ ਦੇਈਦਾ ਉਸ ਤੋਂ ਬਾਅਦ ਆਪਣਾ ਵਾਕ ਲਈ ਚਲੀ ਜਾਏ ਚਲੇ ਜਾਈਦਾ ਫੇਰ ਦਪਰ ਦੀ ਰੋਟੀ ਦਾ ਟਾਈਮ ਹੋ ਜਾਂਦਾ ਫਿਰ ਮਾੜੀ ਮੋਟੀ ਗਾਰਡਨਿੰਗ ਕਰ ਲਈਦੀ ਆ ਹਾਂਜੀ ਹਾਂਜੀ ਤੇ ਬਸ ਐਂ ਟਾਈਮ ਨੰਗ ਲੈਂਦਾ ਵਾਕੀ ਤੁਹਾਡੇ ਜਿਹੜੇ ਪੋਡਕਾਸਟ ਤੇ ਤੁਹਾਡੀਆਂ ਇੰਟਰਵਿਊਜ਼ ਨੇ ਉਹ ਸੁਣ ਲੈਨੇ ਆ ਬੜਾ ਮਜ਼ਾ ਆਉਂਦਾ ਸੁਣ ਕੇ ਤੇ ਤੁਸੀਂ ਜਦੋਂ ਅਸੀਂ ਜੀ ਆਏ ਆ ਕੈਨੇਡਾ ਆਏ ਆ ਹਾਂਜੀ ਉਦੋਂ ਤੋਂ ਤੁਸੀਂ ਇੰਗਲੈਂਡ ਹੁੰਦੇ ਸੀ ਹਾਂਜੀ ਯਾ ਤੇ ਜਦੋਂ ਤੁਸੀਂ ਪਹਿਲੀ ਵਾਰ ਇੱਥੇ ਆਏ ਆ ਤੇ ਸਾਨੂੰ ਲੱਗਣਾ ਲੱਗਦਾ ਹੁੰਦਾ ਸੀ ਅਸੀਂ ਕਿ ਸ਼ਾਇਦ ਤੁਸੀਂ ਬਹੁਤ ਹੋਣੇ ਆ ਬਈ ਇੰਗਲੈਂਡ ਦੇ ਜੰਮੇ ਪਲੇ ਤੇ ਪੰਜਾਬੀ ਨਹੀਂ ਆਉਂਦੀ ਹੋਣੀ ਜਿੱਦਾਂ ਹੁੰਦੇ ਆ ਤੇ ਪਰ ਤੁਹਾਡੀ ਪੰਜਾਬੀ ਬੜੀ ਠੇਠ ਆ ਤੁਸੀਂ ਥੋੜਾ ਜਿਹਾ ਆਪਣੇ ਬਚਪਨ ਬਾਰੇ ਦੱਸੋ ਇਦਾਂ ਦੀਆਂ ਗੱਲਾਂ ਬਾਰੇ ਕਿ ਘਰ ਚ ਮਾਹੌਲ ਕਿਦਾਂ ਦਾ ਸੀ ਹਾਂਜੀ ਸੰਤਾਰ ਮੈਂ ਜੰਮਪੜ ਹੈਗੀ ਆ ਖੰਨੇ ਦੀ ਹਾਂਜੀ ਸਾਡਾ ਪਿੰਡ ਹੈਗਾ ਇਸਡੂ ਖੰਨੇ ਤੋਂ ਕੋਈ 15 ਕਿਲੋਮੀਟਰ ਗਾ ਆ ਹਾਂਜੀ ਔਰ ਮੇਰੇ ਫਾਦਰ ਆਰਮੀ ਆਫੀਸਰ ਸੀਗੇ ਆਰਮੀ ਛੋਣ ਕਰਕੇ ਘਰ ਦਾ ਮਾਹੌਲ ਥੋੜਾ ਜਿਹਾ ਡਿਸਪਲਿੰਡ ਜਿਆਦਾ ਸੀ ਜਿਆਦਾ ਉਹਨਾਂ ਦਾ ਪੜ੍ਹਾਈ ਲਿਖਾਈ ਵਾਲੀ ਧਿਆਨ ਹੁੰਦਾ ਸੀ ਕਿ ਹਾਂਜੀ ਈਵਨ ਤੁਸੀਂ ਦੇਖੋ ਵੀ ਰੇਡੀਓ ਤੇ ਵੀ ਸਾਨੂੰ ਜਿਹੜੇ ਹਿੰਦੀ ਗਾਣੇ ਸੁਣ ਸਕਦੇ ਸੀ ਅਸੀਂ ਪਰ ਪੰਜਾਬੀ ਗਾਣੇ ਸੁਣਨੇ ਸਾਨੂੰ ਅਲਾਉਡ ਨਹੀਂ ਸੀਗੇ। ਦੱਸੋ ਹਾਂਜੀ ਉਹ ਕਹਿੰਦੇ ਸੀ ਵੀ ਨਹੀਂ ਇਹਨਾਂ ਚ ਇਹ ਇਹ ਬਹੁਤੇ ਸੁਰਿੰਦਰ ਕੌਰ ਜੀ ਦੇ ਸੁਣ ਲਈਦੇ ਸੀ ਪਰ ਉਹ ਤੋਂ ਬਾਅਦ ਹੋਰ ਜਦੋਂ ਬਹੁਤ ਸਾਰੇ ਸਿੰਗਰਸ ਆਏ ਤੇ ਉਹਨਾਂ ਦੇ ਸਾਨੂੰ ਅਲਾਉਡ ਨਹੀਂ ਸੀ ਸੁਣਨੇ ਇੱਕ ਵਾਰੀ ਮੈਨੂੰ ਯਾਦ ਆ ਮੇਰੇ ਮੰਮ ਕੰਮ ਕਰਨ ਲੱਗੇ ਹੋਏ ਸੀ ਜਿਵੇਂ ਪਰਿਵਾਰ ਚ ਹੋਰ ਤਾਂ ਕੋਈ ਗਾਉਂਦਾ ਨਹੀਂ ਸੀ ਨਾ ਕਿਸੇ ਨੂੰ ਸ਼ੌਕ ਸੀ ਨਾ ਮੋਹਲ ਸੀ ਪਰ ਅੰਦਰੋਂ ਜਿਵੇਂ ਨੇਚਰਲੀ ਹੁੰਦਾ ਹਨਾ ਹਾਂਜੀ ਰੇਡੀਓ ਤੇ ਗਾਣਾ ਆ ਰਿਹਾ ਸੀ ਸ਼ਮਸ਼ਾਦ ਬੇਗਮ ਜੀ ਦਾ ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ ਪੱਤਣਾ ਤੇ ਰੋਲ ਖੜੀ ਆ ਹਾਂਜੀ ਮੈਂ ਉਹ ਮੇਰੇ ਦਿਮਾਗ ਚ ਗਾਣਾ ਘੁੰਮ ਰਿਹਾ ਸੀ ਤੇ ਮੈਂ ਉਹ ਗਾਣਾ ਉੱਚੀ ਉੱਚੀ ਬਿਹੜਾ ਉੱਥੇ ਖੁੱਲਾ ਘਰ ਸੀ ਸਾਡਾ ਖੰਨੇ ਤੇ ਉੱਚੀ ਉੱਚੀ ਗਾਉਣਾ ਸ਼ੁਰੂ ਕਰਤਾ ਮੇਰੇ ਮੰਮੀ ਕਹਿੰਦੇ ਚੁੱਪ ਕਰ ਜਾ ਜੁੱਤੀ ਮਾਰ ਕੇ ਔਰ ਮੈਨੂੰ ਸਮਝ ਨਹੀਂ ਪਈ ਮੈਨੂੰ ਵੀ ਮੈਂ ਇਹ じゃ ਕਿਹੜਾ ਕੰਮ ਕਰਤਾ ਹਾਂ ਜਿਹਦੇ ਪਿੱਛੇ ਮੰਮੀ ਮੈਨੂੰ ਇੰਨਾ ਗੁੱਸੇ ਹੋ ਰਹੇ ਨੇ ਕਿ ਮੈਂ ਚੁੱਤੀ ਲਾ ਕੇ ਮਾਰਨੀ ਤੇਰੇ ਚੁੱਪ ਕਰ ਜਾ ਜੁਬਾਨ ਬੰਦ ਚੱਲ ਜਾ ਕੇ ਆਪਣੀ ਪੜ੍ਹਾਈ ਕਰ ਹਾਂਜੀ ਉਹਨਾਂ ਨੂੰ ਸੀ ਕਿ ਤੁਸੀਂ ਪੜ੍ਹਨਾ ਲਿਖਣਾ ਤੁਸੀਂ ਡਾਕਟਰ ਬਣਨਾ ਟੀਚਰ ਬਣਨਾ ਇੰਜੀਨੀਅਰ ਬਣਨਾ ਬਸ ਇਹ ਤੋਂ ਬਾਅਦ ਉਹਨਾਂ ਨੂੰ ਤੀਜਾ ਕੋਈ profession ਉਹਨਾਂ ਦੇ ਦਿਮਾਗ 'ਚ ਨਹੀਂ ਸੀਗਾ ਕਿ ਇਹ じゃ ਵੀ ਕੋਈ profession ਹੋ ਸਕਦਾ ਸੋ ਇਹੋ ਜਿਹਾ ਮਾਹੌਲ ਸੀ ਕੋਈ ਇਨਕਰੇਜਮੈਂਟ ਨਹੀਂ ਸੀ ਸਿੰਕਿੰਗ ਸਪੋਰਟਸ ਦੇ ਵਿੱਚ ਜ਼ਰੂਰ ਸੀ ਸਪੋਰਟਸ ਦੇ ਵਿੱਚ ਮੈਂ ਉੱਥੇ ਪਹਿਲਾਂ ਤਾਂ ਮੈਂ 8ਵੀਂ ਤੱਕ ਹਿੰਦੀ ਪੁਤਰੀ ਪਾਡਸ਼ਾਲਾ ਸਕੂਲ ਖੰਨੇ ਸੀਗਾ ਹਾਂਜੀ 6ਵੀਂ ਤੱਕ 6ਵੀਂ ਤੱਕ ਮੈਂ ਉੱਥੇ ਪੜ੍ਹੀ ਫਿਰ ਮੈਂ 2 ਸਾਲ ਪਪਾ ਮੰਮਾ ਸਾਨੂੰ ਨਾਲ ਲੈ ਗਏ ਜਲੰਧਰ ਆਰਮੀ ਚ ਉਹਨਾਂ ਦੀ ਉੱਥੇ ਜਲੰਧਰ ਪੋਸਟਿੰਗ ਸੀਗੀ ਹਾਂਜੀ 2 ਸਾਲ ਫਿਰ ਉੱਥੇ ਮੈਂ ਆਰਮੀ ਸਕੂਲ ਚ ਪੜ੍ਹੀ ਉਹ ਤੋਂ ਬਾਅਦ ਫਿਰ ਮੈਂ 9th ਤੇ 10th ਫਿਰ ਵਾਪਸ ਖੰਨੇ ਆ ਗਈ ਗਵਰਨਮੈਂਟ ਹਾਈ ਸਕੂਲ ਚ ਫਿਰ ਮੈਂ 9th ਤੇ 10th ਕੀਤੀ ਫਿਰ ਮੈਂ ਆਪਣਾ ਐਸ ਕਾਲਜ ਖੰਨਾ ਜਿਹੜਾ ਕੋ ਐਜੂ ਕਿਉਂਕਿ ਮੇਰੇ ਕੋਲ ਮੈਡੀਕਲ ਸੀਗਾ ਕੋ ਐਜੂਕੇਸ਼ਨ ਕਾਲਜ ਸੀ ਫਿਰ ਮੈਂ ਉੱਥੇ ਪ੍ਰੈਪ ਯੂਨੀਵਰਸਿਟੀ ਲਈ ਮੈਂ ਉੱਥੇ ਐਡਮਿਸ਼ਨ ਲਿੱਤੀ ਹਾਂਜੀ ਉੱਥੇ ਸਪੋਰਟਸ ਹੁੰਦੀਆਂ ਸੀ ਕਿਉਂਕਿ ਜਿਹੜੇ ਜਿਹੜੀਆਂ ਕੋ ਐਜੂਕੇਸ਼ਨ ਚ ਆਪਣੇ ਕਾਲਜਿਸ ਦੇ ਵਿੱਚ ਕੁੜੀਆਂ ਬਹੁਤ ਘੱਟ ਮੈਡੀਕਲ ਚ ਹੁੰਦੀਆਂ ਸੀ ਹਾਂਜੀ ਜਦੋਂ ਸਾਡਾ ਉੱਥੇ ਸਪੋਰਟਸ ਡੇ ਹੋਣਾ ਤੇ ਮੈਂ ਹਰ ਇੱਕ ਸਪੋਰਟ ਦੇ ਵਿੱਚ ਭਾਗ ਲੈਣਾ ਚਾਹੇ ਭਾਵੇਂ ਉਹ ਸ਼ਾਰਟ ਪੁੱਟ ਸੀ ਭਾਵੇਂ ਡਿਸਕਸ ਥਰੋ ਸੀ ਭਾਵੇਂ ਲੌਂਗ ਜੰਪ ਸੀ ਹਾਈ ਜੰਪ ਸੀ ਸਪ੍ਰਿੰਟ ਸੀ ਭਾਵੇਂ ਜਿਹੜੀ ਵੀ ਰੇਸ ਸੀ ਕਿ ਹਰ ਇੱਕ ਵਿੱਚ ਔਰ ਹਰ ਇੱਕ ਵਿੱਚ ਮੇਰਾ ਕਿਸੇ ਵਿੱਚ ਪਹਿਲਾ ਨੰਬਰ ਕਿਸੇ ਵਿੱਚ ਦੂਜਾ ਨੰਬਰ ਕਿਸੇ ਵਿੱਚ ਤੀਜਾ ਨੰਬਰ ਕਿਉਂਕਿ ਕੁੜੀਆਂ ਹੀ ਟੋਟਲ ਚ 4-5 ਜੰਦੀਆਂ ਸਿ ਫੋਕਸ ਬਿਟ ਕਰਦੀਆਂ ਸਨ ਸੋ ਉਸ ਤੋਂ ਬਾਅਦ ਫਿਰ ਮੈਂ ਪ੍ਰੈਪ ਉਥੇ ਪੂਰੀ ਨਹੀਂ ਸੀ ਕੀਤੀ ਮੈਂ ਫਿਰ ਜਲੰਧਰ ਖਾਲਸਾ ਕਾਲਜ ਐਡਮਿਸ਼ਨ ਲੈ ਲਈ ਸੀਗੀ ਉੱਥੇ ਜਾ ਕੇ ਫਿਰ ਮੈਂ ਪ੍ਰੀ ਯੂਨੀਵਰਸਿਟੀ ਮੈਡੀਕਲ ਕੰਪਲੀਟ ਕੀਤੀ ਹਾਂਜੀ ਔਰ ਉਨ 18 ਸਾਲ ਦੀ ਸੀ ਜਦੋਂ ਫਿਰ ਮੇਰੀ ਇੰਗੇਜਮੈਂਟ ਹੋ ਗਈ ਸੀ ਹਮਮ ਔਰ ਉਸ ਤੋਂ ਬਾਅਦ ਫਿਰ ਮੈਂ ਇੰਗਲੈਂਡ ਆ ਗਈ 1980 ਚ ਤੇ ਇਹ ਜਿਹੜਾ ਜਲੰਧਰ ਜਦੋਂ ਤੁਸੀਂ ਆਏ ਆ ਨਾ ਉਸ ਵੇਲੇ ਜਲੰਧਰ ਜਿਹੜਾ ਖਾਲਸਾ ਕਾਲਜ ਸਿਗਾ ਉਹਦੇ ਵਿੱਚ ਪ੍ਰੋਫੈਸਰ ਇੰਦਰਜੀਤ ਸਿੰਘ ਹੁਣੀ ਜੀ ਹੁੰਦੇ ਸੀ ਜੀ 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 ਹਾਂਜੀ ਉਹ ਕਾਮਰਸ ਦੇ ਸੀਗੇ ਹਾਂਜੀ ਹਾਂਜੀ ਕੰਮ ਪੜ੍ਹਾਉਂਦੇ ਸੀ ਉਹ ਉਦੋਂ ਮੈਨੂੰ ਯਾਦ ਆ ਕਿ ਉਦੋਂ ਵੀ ਕਿਉਂਕਿ ਸਾਡੇ ਪੇਰੈਂਟਸ ਦਾ ਚਾਹੁੰਦੇ ਸੀ ਕਿ ਤੁਹਾਡੀ ਪੂਰੀ ਕਨਸੈਂਟ੍ਰੇਸ਼ਨ ਪੜ੍ਹਾਈ ਤੇ ਹੋਣੀ ਚਾਹੀਦੀ ਹੈ। ਹਾਂਜੀ ਹਾਂਜੀ। ਤੇ ਉਦੋਂ ਉਹ ਭੰਗੜੇ ਦੀਆਂ ਕਲਾਸਾਂ ਜਦੋਂ ਸਾਡੀ ਮੇਰਾ ਕਾਲਜ ਪੂਰਾ ਹੋ ਜਾਣਾ ਨਾ ਉਦੋਂ ਉਹਨਾਂ ਨੇ ਭੰਗੜਾ ਸਿਖਾਉਣਾ। ਮੈਂ ਜਾ ਕੇ ਰੂਮ ਦੇ ਬਾਹਰ ਖੜੇ ਹੋ ਜਾਣਾ। ਮੈਂ ਦੇਖੀ ਜਾਣਾ ਉਹਨਾਂ ਵੱਲ ਜਦੋਂ ਇੰਦਰਜੀਤ ਸਰ ਨੇ ਮੈਨੂੰ ਦੇਖਣਾ ਹੈਲੋ ਕਮਲਜੀਤ ਕੀ ਹਾਲ ਹੈ ਮੈਂ ਕਹਣਾ ਸਰ ਠੀਕ ਆ ਆ ਜਾ ਤੂੰ ਵੀ ਜੇ ਸਿੱਖਣਾ ਭੰਗੜਾ ਮੈਂ ਕਹਿੰਨਾ ਨਹੀਂ ਸਰ ਮੈਂ ਤਾਂ ਬਸ ਦੇਖਣ ਲਈ ਆਈ ਸੀ ਕਿ ਅਲਾਉਡ ਨਹੀਂ ਸੀ ਕਿ ਮੈਂ ਭੰਗੜਾ ਸਿੱਖਾਂ ਜਾਂ ਸੰਗੀਤ ਸਿੱਖਾਂ ਜਾਂ 뮤직 ਤੇ ਜਾਵਾ ਤੇ ਜੇ ਕਿਤੇ ਜਿਹੜੇ ਐਨੂਅਲ ਫੰਕਸ਼ਨ ਹੁੰਦੇ ਸੀਗੇ ਕਾਲਜ ਦੇ ਉਹਨਾਂ ਚ ਐਡਮਿਸ਼ਨ ਆਈ ਮੀਨ ਪਾਗ ਲੈਣਾ ਔਰ ਗਰੁੱਪ ਸਿੰਗਿੰਗ ਜਾਂ ਸੋਲੋ ਸਿੰਗਿੰਗ ਕਰਨੀ ਉਥੇ ਵੀ ਮੰਮਾ ਦੀ ਕਾਫੀ ਸਪੋਰਟ ਸੀ ਮੇਰੇ ਮਦਰ ਕਾਫੀ ਸਪੋਰਟ ਕਰਦੇ ਸੀ ਪਾਪਾ ਬਹੁਤਾ ਇੰਟਰਫੇਅਰ ਨਹੀਂ ਸੀ ਕਰਦੇ ਉਹਨਾਂ ਨੂੰ ਸੀਗਾ ਕਿ ਇਹਨਾਂ ਦੀ ਮਾਂ ਹੈਗੀ ਆ ਜਿਵੇਂ ਉਹ ਗਾਈਡ ਕਰੂਗੀ ਹੀ ਰੀਲੀ ਵਾਸ ਡਿਪੈਂਡੈਂਟ ਔਨ ਮਾਈ ਮਮ ਉਹ ਠੀਕ ਆ ਜਿਵੇਂ ਉਹ ਕਰ ਰਹੀ ਹੈ ਔਰ ਯੂ نو ਸ਼ੀ ਇਸ ਫਾਈਨ ਪਰ ਮੇਰੇ ਬ੍ਰਦਰ ਨੂੰ ਮਨਜ਼ੂਰ ਨਹੀਂ ਸੀਗਾ ਕਿ ਮੈਂ ਉੱਥੇ ਜਿਹੜੇ ਕਾਲਜ ਫੰਕਸ਼ਨਸ ਵੀ ਹੁੰਦੇ ਨੇ ਸਿੰਗਿੰਗ ਦੇ ਜਾਂ ਕੰਪੀਟੀਸ਼ਨਸ ਹੁੰਦੇ ਨੇ ਉਹਨਾਂ ਚ ਮੈਂ ਪਾਰਟਿਸਿਪੇਟ ਕਰਾਂ ਸੋ ਕਾਫੀ ਉੱਥੇ ਸੰਘਰਸ਼ ਮੇਰਾ ਤੇ ਮੇਰੇ ਬ੍ਰਦਰ ਦਾ ਰਿਹਾ ਆਪਸ ਕਿ ਨਹੀਂ ਹਾਂ ਨਹੀਂ ਹਾਂ ਸੋ ਉਹ ਬੜੇ ਵਧੀਆ ਸੀ ਜਦੋਂ ਪ੍ਰੋਫੈਸਰ ਇੰਦਰਜੀਤ ਸਿੰਘ ਹੋਰਾਂ ਨਾਲ ਆ ਯੂ نو ਦੇਖਣਾ ਉਹਨਾਂ ਨੇ ਭੰਗੜਾ ਸਿਖਾਉਣਾ ਜਿਵੇਂ ਦੇਖ-ਦੇਖ ਕੇ ਸਿੱਖੀ ਆ ਪ੍ਰੈਕਟੀਕਲੀ ਮੈਂ ਕਿਸੇ ਤੋਂ ਕੋਈ ਟ੍ਰੇਨਿੰਗ ਨਹੀਂ ਲਈ ਹਾਂ ਤੇ ਇਹ ਜਦੋਂ ਫਿਰ ਤੁਸੀਂ ਇੰਗਲੈਂਡ ਆ ਗਏ ਤੇ ਇੱਥੇ ਆ ਕੇ ਫਿਰ ਤੁਸੀਂ ਪਹਿਲਾ ਕਿਹੜੇ ਗਰੁੱਪ ਚ ਤੁਸੀਂ ਕੀਤਾ ਸੀ ਜੁਆਇਨ ਇੰਗਲੈਂਡ ਐਕਚੁਅਲੀ ਮੇਰੇ 브ਦਰ ਇਨ ਲਾ ਸੀ ਉਹਨਾਂ ਦੇ ਫਰੈਂਡ ਸੀਗੇ ਬਲਦੇਵ ਮਸਤਾਨਾ ਹਰੇ ਹਾਂਜੀ 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 ਉਹ ਇੱਕ ਵਾਰੀ ਅਸੀਂ ਉਦਾਂ ਹੀ ਬੈਠੇ ਪਰਿਵਾਰ ਚ ਜਿੱਦਾਂ ਡਿਨਰ ਲਈ ਇਕੱਠੇ ਹੋਏ ਹਾਂਜੀ ਤੇ ਮੈਂ ਬੈਠੇ ਹਿੰਦੀ ਗਾਣੇ ਗਾਉਂਦੀ ਹੁੰਦੀ ਸੀ ਤਾਂ ਉਹ ਹਿੰਦੀ ਗਾਣਾ ਮਾੜਾ ਜਿਹਾ ਗੁੰਗਣਾਤਾ ਤੇ ਉਹ ਕਹਿੰਦੇ ਵੀ ਥੋੜੀ ਤਾਂ ਆਵਾਜ਼ ਹੀ ਬਹੁਤ ਵਧੀਆ ਮੈਨੂੰ ਬੜਾ ਚੰਗਾ ਲੱਗਿਆ ਸੁਣ ਕੇ ਵੀ ਕਿਸੇ ਨੇ ਕਿਸੇ ਨੇ ਮੈਨੂੰ ਤਾਰੀਫ਼ ਕੀਤੀ ਤੇ ਕਹਿੰਦੇ ਵੀ ਸਾਡਾ ਗਰੁੱਪ ਆ ਮਸਤਾਨਾ ਗਰੁੱਪ ਹਾਂ ਕਹਿੰਦੇ ਤੁਸੀਂ ਜੁਆਇਨ ਕਰਨਾ ਤੇ ਮੈਂ ਕਿਹਾ ਵਾਈ ਨਾਟ ਕਰ ਲੈਨੇ ਆ ਜੁਆਇਨ ਆਹੋ ਸੰਤਾਰ ਕੁਝ ਨਹੀਂ ਸੀ ਪਤਾ ਮੈਨੂੰ ਸਿੰਗਿੰਗ ਦਾ ਹਾਂਜੀ ਕੁਝ ਨਹੀਂ ਸੀ ਪਤਾ ਸਟੇਜ ਪਰਫਾਰਮੈਂਸ ਦਾ ਕੁਝ ਨਹੀਂ ਸੀ ਪਤਾ ਕਿ ਆਡੀਅנס ਨਾਲ ਕਿਵੇਂ ਗੱਲਬਾਤ ਕਰਨੀ ਹੈ ਬਿਲਕੁਲ ਰੌ ਕੱਚਾ ਕੜਾ ਜੀ ਨੂੰ ਕਹਿ ਲੋ ਤੁਸੀਂ ਪਰ ਵਧੀਆ ਗੱਲ ਇਹ ਸੀ ਕਿ ਤੁਹਾਡੀ ਉਦੋਂ ਉਮਰ ਬਹੁਤ ਘੱਟ ਸੀ ਉਮਰ ਬਹੁਤ ਘੱਟ ਸੀ ਹਾਂਜੀ ਤੇ ਉਹ ਉਹ ਬਹੁਤ ਵਧੀਆ ਹੋ ਗਈ ਗੱਲ ਕਿ ਤੁਸੀਂ ਉਦੋਂ ਬਲਦੇਮ ਅਸਤਾਨਾ ਜੀ ਉਹਨਾਂ ਦੇ ਨਾਲ ਤੁਹਾਡਾ ਇੱਕ ਤਰੀਕੇ ਨਾਲ ਕੰਟੈਕਟ ਜੁੜ ਗਿਆ ਤੇ ਦੂਜੇ ਪਾਸੇ ਉਹ ਸੰਗੀਤ ਲਈ ਬਹੁਤ ਸਮਰਪਿਤ ਸੀਗੇ ਬਹੁਤ ਜਿਆਦਾ ਇੱਕ ਕੋਨਾ ਚ ਪੇਸ਼ੈਂਸ ਬਹੁਤ ਆ ਤੁਹਾਨੂੰ ਪਤਾ ਬਹੁਤ ਜਿਆਦਾ ਐਨੀ ਪੇਸ਼ੈਂਸ ਆ ਕਿ ਪੇਸ਼ੈਂਸ ਤੁਨ ਖਜਾ ਦਿੰਦੀ ਹੈ ਕਈ ਵਾਰੀ ਬਹੁਤ ਜਿਆਦਾ ਪੇਸ਼ੈਂਸ ਆ ਉਹਨਾਂ ਦੇ ਹਾਂ ਯਾ ਉਹਨਾਂ ਨਾਲ ਫਿਰ ਇੱਕ ਰਿਕਾਰਡਿੰਗ ਵੀ ਸ਼ੁਰੂ ਕੀਤੀ ਸੀ ਪਰ ਉਹ ਸਿਰੇ ਨਹੀਂ ਸੀ ਚੜੀ ਹਾਂਜੀ ਹਾਂਜੀ ਉਸੇ ਦੌਰਾਨ ਹੁਜਾ ਨਾਈਟ ਹੋਈ ਸੀ ਇੰਗਲੈਂਡ ਦੇ ਵਿੱਚ ਹਾਂਜੀ ਉੱਥੇ ਫੇਰ ਬਲਦੇਵ ਜੀ ਨੇ ਮੈਨੂੰ ਅਸੀਂ ਸਟੇਜ ਤੇ ਇੱਕ ਜਾਂ ਦੋ ਗਾਣੇ ਗਾਏ ਔਰ ਉਸ ਨਾਈਟ ਦੇ ਵਿੱਚ ਬਹੁਤ ਸਾਰੇ ਇੰਗਲੈਂਡ ਦੇ ਜਿੰਨੇ ਚੰਗੇ ਮਿਲਕੇ ਸਿਰ ਕੱਢਵੇਂ ਕਲਾਕਾਰ ਸੀਗੇ ਸਾਰੇ ਉੱਥੇ ਆਏ ਹੋਏ ਸੀ ਹਾਂਜੀ 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 ਉੱਥੇ ਆਪਣੇ ਜਰਨੈਲ ਦੋ ਸਾਜਪਾ ਜੀ ਤੇ ਲਖਵੀਰ ਲਖੀ ਹੂੰ ਇਹ ਵੀ ਉੱਥੇ ਆਏ ਹੋਏ ਸੀ ਅਸੀਂ ਉਸ ਤੋਂ ਪ੍ਰੋਗਰਾਮ ਜਦੋਂ ਖਤਮ ਹੋ ਗਿਆ ਅਸੀਂ ਖਾਣਾ ਖਾਣ ਲਈ ਸਾਰੇ ਜਣੇ ਏਦਾਂ ਇਕੱਠੇ ਹੋਏ ਸੀ ਅਰ ਜਨ ਜਨੈਲ ਬਾਜੀ ਕੰਟੀਨਿਊਸਲੀ ਹੀ ਵਾਸ ਵਾਚਿੰਗ ਮੀ ਹਾਂਜੀ ਤਾਂ ਪਹਿਲਾ ਮੈਨੂੰ ਬੜਾ ਆਰਡ ਲੱਗਿਆ ਮੈਂ ਕਿਹਾ ਵੀ ਇਹ ਭਾਈ ਪਤਾ ਨਹੀਂ ਕਿਉਂ ਯੂ نو ਮੇਰੇ ਵੱਲ ਦੇਖੀ ਜਾਂਦਾ ਹੈ ਐਂਡ ਉਦੋਂ ਮੈਨੂੰ ਪਤਾ ਨਹੀਂ ਸੀਗਾ ਕਿ ਇਹਨਾਂ ਨੂੰ ਐ ਸੀ ਵੀ ਇਹ ਕੁੜੀ ਸਾਡਾ ਗਰੁੱਪ ਸਾਥੀ ਗਰੁੱਪ ਸੀਗਾ ਹਾਂਜੀ ਸਾਥੀ ਉਹਨਾਂ ਦੇ ਗਰੁੱਪ ਦਾ ਨਾਮ ਹਾਂਜੀ ਜਦੋਂ ਖਾਣਾ ਖੂਣਾ ਖਾ ਕੇ ਹੌਲੀ ਹੌਲੀ ਫਿਰ ਉਹ ਉਹਨਾਂ ਨੇ ਮਿੰਗਲ ਕਰਨਾ ਸ਼ੁਰੂ ਕਰਤਾ ਦੈਨ ਹੀ ਸਟਾਰਟਡ ਟਾਕਿੰਗ ਐਂਡ ਹਾਂਜੀ ਸਾਹਿਰ ਕਹਿੰਦੇ ਵੀ ਉਹਨਾਂ ਨੂੰ ਪਤਾ ਸੀ ਕਿ ਵੀ ਅਸੀਂ ਬਲਦੇਵ ਮਸਤਾਨਾ ਹੋਣਾ ਦੇ ਮਸਤਾਨਾ ਗਰੁੱਪਾ ਜਿਹੜਾ ਉਹਨਾਂ ਦੇ ਨਾਲ ਆ ਹਾਂਜੀ ਉਹਨਾਂ ਨੇ ਮੈਨੂੰ ਕਹਿੰਦੇ ਕਿ ਕਮਲਜੀਤ ਆਪਾਂ ਐਚ ਐਮ ਵੀ ਚ ਰਿਕਾਰਡਿੰਗ ਕਰੀਏ ਉਹਨਾਂ ਦੇਣਾ ਚ ਐਚ ਐਮ ਵੀ ਚ ਰਿਕਾਰਡਿੰਗ ਕਰਨੀ ਬਹੁਤ ਵੱਡੀ ਗੱਲ ਬਹੁਤ ਵੱਡੀ ਹਾਂਜੀ ਬਹੁਤ ਵੱਡੀ ਔਰ ਐਡੀ ਵੱਡੀ ਆਫਰ ਅੰਦਰੋਂ ਮੇਰਾ ਮਨ ਕਹਿੰਦਾ ਸੀ ਵੀ ਨਹੀਂ ਮੈਂ ਮੇਰਾ ਗਰੁੱਪ ਇਹੇ ਆ ਮੈਂ ਇੱਥੋਂ ਸ਼ੁਰੂ ਕੀਤਾ ਮੈਂ ਇਹਨਾਂ ਨਾਲ ਰਹਿਣਾ ਹਾਂਜੀ ਹਾਂਜੀ ਪਰ ਉਧਰੋਂ ਮਾਈਂਡ ਕਹਿੰਦਾ ਸੀ ਕਿ ਇਹ ਬਹੁਤ ਵੱਡੀ ਆਪਰਚੂਨਿਟੀ ਹੈ ਇਹ ਬਾਰ-ਬਾਰ ਨਹੀਂ ਆਉਂਦੀ ਹਾਂਜੀ ਇਹ ਬਾਰ-ਬਾਰ ਨਹੀਂ ਆਉਂਦੀ ਸੋ ਕਾਫੀ ਸਟਰਗਲ ਤੋਂ ਬਾਅਦ ਮਾਈਂਡ ਸੋਚ ਕੇ ਦੈਨ ਆਈ ਡਿਸਾਈਡਡ ਮੈਂ ਕਿਹਾ ਕਿ ਚਲੋ ਇੱਕ ਵਾਰੀ ਚਾਂਸ ਲੈ ਲੈਂਦੇ ਆ ਮੈਂ ਕਿਹਾ ਯੈਸ ਚਲੋ ਚੱਲਦੇ ਆਂ ਇੰਡੀਆ ਤੇ ਆਪਾਂ ਐਚਐਮਵੀ ਚ ਰਿਕਾਰਡਿੰਗ ਕਰਦੇ ਆਂ ਸੋ ਪਹਿਲੀ ਰਿਕਾਰਡਿੰਗ ਮੇਰੀ 1982 ਦੇ ਵਿੱਚ ਐਚ ਐਮ ਵੀ ਵਿੱਚ ਹੋਈ ਸੀ। ਵਾਹ ਜੀ ਬਾ। ਹੋਰ ਉਦੋਂ ਉੱਥੇ ਜ਼ਾਹਿਰ ਸਾਹਿਬ ਸੀਗੇ। ਹਾਂ ਜੀ ਉਹਨਾਂ ਨੇ ਬਹੁਤ ਕੀਤੇ ਆਰਟਿਸਟ ਬਹੁਤ ਕੀਤੇ ਔਰ ਅਹੂਜਾ ਸਾਹਿਬ ਦਾ ਉਦ ਵਿੱਚ ਮਿਊਜ਼ਿਕ ਸੀਗਾ ਔਰ ਮੇਰੇ ਚਾਰ ਡੁਇਟ ਸੀ ਦੋ ਲਖਬੀਰ ਲੱਖੀ ਉਹ ਤਾਂ ਹੁਣ ਇਸ ਦੁਨੀਆ ਤੇ ਨਹੀਂ ਪਰ ਬਹੁਤ ਲਾਜਵਾਬ ਆਰਟਿਸਟ ਸੀਗੇ ਉਹ। ਹਾਂ ਜੀ ਹਾਂ ਜੀ। ਔਰ ਦੋ ਆਪਣੇ ਜਰਨੈਲ ਭਾਜੀ ਨਾਲ ਸੀ। ਉਹਦੀ ਐਲਬਮ ਦਾ ਨਾਂ ਸੀਗਾ ਸਿਰ ਤੇ ਦੁਪੱਟੇ ਕਾਲੇ ਉੱਡਦੇ। ਹਾਂ ਅੱਛਾ ਜੀ ਅੱਛਾ। ਹਾਂ ਜੀ। ਜੀ ਮਿਸਟੇ ਤੇ ਵੀ ਅਸੀਂ ਬਹੁਤ ਪ੍ਰੋਗਰਾਮ ਕੀਤੇ ਇੰਗਲੈਂਡ ਸਾਥੀ ਗਰੁੱਪ ਦੇ ਨਾਲ ਹਾਂਜੀ ਉਹਨਾਂ ਦਿਨਾਂ 'ਚ ਇਹ ਹੁੰਦਾ ਸੀ ਕਿ ਜੇ ਤੁਸੀਂ ਚਾਰ ਜਣੇ ਉਹ ਗਰੁੱਪ ਦੇ ਵਿੱਚ ਚਾਰੇ ਹੀ ਸੀਗੇ ਲਖਵੀਰ ਲਖੀ ਸੀ ਜਰਨੈਲ ਦੁਸਾਨ ਸੀ ਇੱਕ ਬਿੱਲੂ ਹੁੰਦਾ ਸੀ ਢੋਲ ਕੀਤੇ ਮੈਂ ਸੀ ਉਹ ਜਿੰਨੇ ਪੈਸੇ ਚਾਰਜ ਕਰਦੇ ਸੀ ਉਹ ਚਾਰਾਂ ਜਣਿਆਂ 'ਚ ਵੰਡੇ ਜਾਂਦੇ ਸੀ ਹਾਂਜੀ ਇਦਾਂ ਹੀ ਹੁੰਦਾ ਸੀ ਕਦੇ ਸਾਨੂੰ 30 30 ਡਾਲਰ ਆਉਂਦੇ ਸੀ ਕਦੇ 40 40 ਡਾਲਰ ਕਿਤੇ ਬਹੁਤ ਆਈ ਵਧੀਆ ਹੋ ਗਿਆ ਤਾਂ 45 ਡਾਲਰ ਤੇ ਪਹੁੰਚ ਜਾਂਦੇ ਸੀ ਹਾਂਜੀ ਹਾਂਜੀ ਅਸੀਂ ਲਗਭਗ ਮੈਂ 84 ਦੇ ਵਿੱਚ ਸਗਾ 7ਵੀਂ ਜਾਂ 8ਵੀਂ 'ਚ ਅੱਛਾ ਤੇ ਉਦੋਂ ਅਸੀਂ ਕਰਨੇ ਸ਼ੁਰੂ ਕੀਤੇ ਪ੍ਰੋਗਰਾਮ ਅਸੀਂ ਕੀਰਤਨ ਤੇ ਮੈਂ ਤੇ ਮਰਮੋਣ ਨੇ ਅਸੀਂ ਚੱਲ ਜਾਣਾ ओके ਤੇ ਸਾਨੂੰ ਕਜੀ ਬਾਰੇ ਲੋਕਾਂ ਨੇ ਲੈ ਜਾਣਾ ਕਿ ਤੇ ਉਹੀ ਸਾਨੂੰ ਇੰਦਾ ਇੰਡੀਆਂ ਹੁੰਦੇ ਹੁੰਦੇ ਸੀ ਸਾਨੂੰ 100 ਰੁਪਿਆ ਹੋ ਜਾਣਾ 150 ਹੋ ਜਾਣਾ ਤੇ ਅਸੀਂ ਦੋਏ ਹੁੰਦੇ ਸੀ ਤੇ ਉਹ ਸਾਡਾ ਖਰਚ ਸਾਡੀ ਜਿਹੜੀ ਘਰ ਪੇਟੀ ਹੁੰਦੀ ਸੀ ਨਾ ਉੱਤੇ ਕੱਪੜਾ ਵਿਛਾਇਆ ਹੁੰਦਾ ਸੀ ਆਹ ਪੇਟੀ ਦੇ ਉੱਤੇ ਇੱਕ ਚਾਦਰ ਜਿਹੀ ਹੁੰਦੀ ਸੀ ਤੇ ਉਹਦੇ ਉੱਪਰ ਹੋਰ ਟੱਚੀ ਟੂੱਚੀ ਪਏ ਹੁੰਦੇ ਸੀ ਤੇ ਉਹਦੇ ਵਿੱਚ ਇਧਰਲੇ ਪਾਸੇ ਮੈਂ ਜਗਾ ਬਣਾਈ ਹੋਸੀ ਤੇ ਉਧਰਲੇ ਪਾਸੇ ਮੈਂ ਮੋੜਨੇ ਤੇ ਅਸੀਂ ਉਹ ਚੱਕ ਕੇ ਉਹਦੇ ਥੱਲੇ ਆਪਣੇ ਪੈਸੇ ਤੇ ਕਿਉਂਕਿ ਘਰ ਸਾਡੇ ਕਿਹਨੇ ਚੋਰੀ ਕਰਨੇ ਸੀ ਉਹ ਤਾਂ ਘਰ ਦੇ ਤਾਂਨ ਕਰਜੀ ਕਰਦੇ ਸੀ ਹਾਂਜੀ ਤੇ ਉਹ ਸਾਡੇ ਖਰਚੇ ਪਾਣੇ ਦੇ ਬਹੁਤ ਹੁੰਦੇ ਸੀ ਪਰ ਅਸੀਂ ਇੱਕ ਵਾਰ ਪੱਖੋ ਵਾਲ ਸਾਡੇ ਪਿੰਡਾਂ ਲੱਗੇ ਪਿੰਡ ਆ ਜੀ ਆਹ ਤੇ ਉੱਥੇ ਅਸੀਂ ਗਏ ਤੇ ਪਤਾ ਨਹੀਂ ਉੱਥੇ ਵੀ ਅਸੀਂ ਕੀਰਤਨ ਕੀਤਾ ਉੱਥੇ ਨੇਰੀ ਆ ਗਈ ਜਾਨਕਿ ਪਤਾ ਨਹੀਂ ਕਿਸੇ ਨੇ ਤੇ ਅਸੀਂ ਕਿਹਾ ਇਹ ਜਰ ਕੇ ਅਸੀਂ ਜਦੋਂ ਬਾਅਦ ਚ ਗਿਣੇ ਤਾਂ ਮੈਨੂੰ ਅੱਜ ਵੀ ਚੇਤਾ ਸਾਨੂੰ 562 ਰੁਪਏ ਹੋਏ ਤੇ ਵਾਓ ਤੇ ਉਹ ਸਾਨੂੰ ਇੰਨਾ ਲੱਗੇ ਪੈਸੀ ਕਿਹਾ ਵਾਜੀ ਵਾਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਣੀ ਕਮਾਈ ਨਾ ਆਪਾਂ ਆਪ ਕਰਦੇ ਆ ਹਨਾ ਮੇਰੀ ਵੀ ਉਹੀ ਕਮਾਈ ਉੱਥੋਂ ਹੀ ਕਮਾਈ ਸ਼ੁਰੂ ਹੋਈ ਸੀ ਨਹੀਂ ਮੈਂ ਆਪਾਂ ਕਿਹੜਾ ਇੰਡੀਆ ਜੌਬ ਕਰਦੇ ਸੀ ਜਾਂ ਕੁਝ ਸੀ ਹਨਾ ਪਰ ਤੁਹਾਡਾ ਇੱਕ ਦੱਸੋ ਤੁਸੀਂ ਮੈਨੂੰ ਤੁਹਾਡੇ ਸਹੁਰਾ ਪਰਿਵਾਰ ਕਿੱਦਾਂ ਸੀ ਉਹ ਉਹ ਇਹਦੇ ਨਾਲ ਸਹਿਮਤ ਸੀ ਜੈਨੋ ਦੇ ਵਿੱਚ ਕੌਣ ਕੌਣ ਸੀਗੇ ਸ਼ੁਰੂ ਸ਼ੁਰੂ ਚ ਨਹੀਂ ਸੀ ਹਸਬੰਡ ਤਾਂ ਠੀਕ ਸੀ ਪਰ ਜਿਹੜੇ ਬਾਕੀ ਦੇ ਇਨ-ਲॉ ਸਿਗੇ ਉਹ ਕਹਿੰਦੇ ਕਿ ਜੇ ਤੁਸੀਂ ਇਹ ਕੰਮ ਕਰਨਾ ਤਾਂ ਅੱਜ ਤੋਂ ਬਾਅਦ ਸਾਡੇ ਨਾਲ ਤੁਹਾਡਾ ਕੋਈ ਲੈਣ ਦੇ ਪਰ ਦੇਖੋ ਤੁਸੀਂ ਵਕਤ ਦੀ ਐਸੀ ਕਹਿੰਦੇ ਨੇ ਚਾਲ ਚੱਲ ਰਹੀ ਹੈ ਹਾਂ 82 ਤੋਂ ਬਾਅਦ ਫਿਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਡਿਸਾਈਡ ਕੀਤਾ ਵੀ ਮੈਂ ਡੂ ਇਟ ਨਹੀਂ ਗਾਉਣਾ ਮੈਂ ਸੋਲੋ ਹੀ ਕਰਨਾ ਭਾਵੇਂ ਥੋੜਾ ਹੋਵੇ ਹਾਂਜੀ ਸੋਲੋ ਕਰਨਾ ਫਿਰ 86 'ਚ ਮੈਂ ਕੀਤੀ ਸੀ ਭਿੱਜ ਗਈ ਕੁਰਤੀ ਲਾਲ ਗਿੱਦੇ ਵਿੱਚ ਨੱਚਦੀ ਹਾਂਜੀ ਅੱਛਾ ਜੀ ਹਾਂ ਹਾਂਜੀ ਉਹ ਜਦੋਂ ਐਲਬਮ ਆਈ ਉਹ ਐਲਬਮ ਮੇਰੀ ਬਹੁਤ ਚੱਲੀ ਸੀ ਬਹੁਤ ਹਾਂਜੀ ਹਾਂਜੀ ਉਹ ਜਦੋਂ ਆਈ ਉਦੋਂ ਫਿਰ ਮੈਂ ਵਕਤ ਦੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਉਹ ਐਲਬਮ ਆਈ ਫਿਰ ਉਹੀ ਸੋਹਰਾ ਪਰਿਵਾਰ ਸੀ ਜਿਹੜੇ ਕਹਿੰਦੇ ਨੇ ਦੂਰ ਦੇ ਰਿਸ਼ਤੇਦਾਰ ਵੀ ਤੁਹਾਡੇ ਬਹੁਤ ਦੇ ਨੇੜੇ ਬਹੁਤ ਨੇੜੇ ਦੇ ਵੜ ਜਾਂਦੇ ਨੇ ਉਹਨਾਂ ਨੇ ਫੇਰ ਮੈਨੂੰ ਬਲਾ ਬਲਾ ਕੇ ਆਪਣੀਆਂ ਸਹੇਲੀਆਂ ਨੂੰ ਮਲਾਉਣਾ ਇਹ ਇਹੇ ਮੇਰੀ ਦਰਾਣੀਆਂ ਮੇਰਾ ਯੂ ਨੋ ਮੇਰੀ ਸਿਸਟਰ ਇਨ ਲਾ ਮੇਰਾ ਫਲਾਣਾ ਸੋ ਉਹ ਵਕਤ ਨੂੰ ਬਦਲਦਿਆਂ ਟਾਈਮ ਨਹੀਂ ਲੱਗਿਆ ਔਰ ਉੱਥੋਂ ਅਸਲੀ ਸਫਰ ਉੱਥੋਂ ਸ਼ੁਰੂ ਹੋਇਆ ਕਿ ਜਿੱਦਾਂ ਮੈਨੂੰ ਆਪਣੇ ਬਹੁਤ ਵਧੀਆ ਰਾਈਟਰ ਨੇ ਧਮੀ ਹਾਂਜੀ ਵਿਜੇਤ ਮਿਲਿਆ ਹਾਂਜੀ ਮੈਂ ਇੰਡੀਆ ਜਦੋਂ ਗਈ ਤਾਂ ਉਹ ਅਸੀਂ ਬੈਠੇ ਸੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਕਿ ਜਦੋਂ ਤੁਹਾਡਾ ਗਾਣਾ ਆਇਆ ਨਾ ਭਿੱਜ ਗਈ ਕੁੜਤੀ ਲਾਲ ਗਿੱਦੇ ਨੱਚਦੀ ਦੀ ਜਲੰਧਰ ਦੂਰਦਰਸ਼ਨ ਤੇ ਕਹਿੰਦੇ ਰਿਲੀਜ਼ ਹੋਇਆ ਹਾਂਜੀ ਕਹਿੰਦੇ ਇਨ ਦਾ ਮਾਰਨਿੰਗ ਕਿ ਇਟ ਵਾਸ ਟਾਕ ਆਫ ਦਾ Town ਹਾਂ ਵੀ ਰਾਤ ਤੁਸੀਂ ਕੁੜੀ ਦੇਖੀ ਉਹਦਾ ਗਾਣਾ ਆਇਆ ਸੀ ਪਰ ਉਹਨਾਂ ਦਿਨਾਂ ਚ ਸੰਤਾਰ ਪਤਾ ਹੀ ਨਹੀਂ ਸੀ ਹੁੰਦਾ ਵੀ ਫੇਮ ਕੀਆ ਨੇਮ ਕੀਆ ਹਾਂਜੀ ਹਾਂਜੀ ਪਰ ਤੁਹਾਡੀ ਤੁਸੀਂ ਜਿਹੜੀ ਇੱਕ ਉਹ ਗੱਲ ਕੀਤੀ ਨਾ ਵੀ ਫਿਰ ਰਿਸ਼ਤੇਦਾਰ ਵੀ ਫਿਰ ਉਹ ਜਿਹੜੇ ਪਹਿਲਾਂ ਤਾਂ ਇਹ ਕਹਿੰਦੇ ਹੁੰਦੇ ਆ ਕਿ ਸਾਡੀ ਇਹ ਨੋ ਵੀ ਨਹੀਂ ਹੈ ਹਾਂਜੀ ਫਿਰ ਕਹਿਣ ਲੱਗ ਪੈਂਦੇ ਆ ਕਿ ਹਾਂਜੀ ਹਾਂਜੀ ਇਹ ਸਾਡੀ ਮਾਸੀ ਦੀ ਨਣਾਨ ਦੀ ਜਠਾਣੀ ਦੀ ਭਤੀਜ ਨੋ ਆ ਜੀ ਹਾਂਜੀ ਉਹ ਉਹ ਵੀ ਨਾ ਫਿਰ ਦੂਰ ਦੇ ਰਿਸ਼ਤੇ ਨੇ ਜਿਹੜੇ ਉਹ ਵੀ ਬਹੁਤ ਨੇੜੇ ਦੇ ਹੋ ਜਾਂਦੇ ਆ ਹਾਂ ਹਾਂ ਹਾਂਜੀ ਹਾਂਜੀ ਯਾ ਸੋ ਉਸ ਤੋਂ ਬਾਅਦ ਫਿਰ ਭਿੱਜ ਗਈ ਕੁੜਤੀ ਲਾਲ ਕੀਤੀ ਤਾਂ ਉਹ ਤੋਂ ਬਾਅਦ ਤਾਂ ਫਿਰ ਖੈਰ ਲੋਕਾਂ ਨੇ ਪਛਾਨਣਾ ਸ਼ੁਰੂ ਕਰਤਾ ਹਾਂਜੀ ਹਾਂ ਜਿਹੜੇ ਰਿਸ਼ਤੇਦਾਰਾਂ ਚ ਬਹੁਤ ਮਾਨ ਇੱਜ਼ਤ ਬਣ ਗਿਆ ਤੇ ਉਹ ਤੋਂ ਬਾਅਦ ਤਾਂ ਫਿਰ ਆਪਾਂ ਹੌਲੀ ਹੌਲੀ ਆਪਣਾ ਇੱਕ ਵਾਰੀ ਜਦੋਂ ਸਫ਼ਰ ਸ਼ੁਰੂ ਹੋ ਜਾਂਦਾ ਉਹ ਤੋਂ ਬਾਅਦ ਇਸ਼ਕ ਬਰਾਂਡੀ ਕੀਤੀ ਫਿਰ ਇੰਗਲੈਂਡ ਚ ਮੈਕ ਐਲਬਮ ਕੀਤੀ ਫਿਰ ਤੇਰਾ ਪਿਆਰ ਚਾਹੀਦਾ ਕੀਤੀ ਫਿਰ 93 ਚ ਮੁੰਡੇ ਨੱਚਣ ਨਾ ਦਿੰਦੇ ਕੀ ਕੀ ਫੇਰ ਆਪਣਾ 94 ਚ ਆਇਆ ਆਪਣਾ ਰੂੜਾ ਮੰਡੀ ਜਾਵੇ ਡੰਡੀ ਉਹ ਡੰਡੀ ਜਾਵੇ ਹਾਂਜੀ ਹਾਂਜੀ ਬਹੁਤ ਗੀਤ ਚੱਲੇ ਸੀ ਤੁਹਾਡੇ ਉਹ ਸਾਰੇ ਗੀਤ ਹਾਲੇ ਤੱਕ ਸਾਰਿਆਂ ਨੂੰ ਯਾਦ ਨੇ ਜੀ ਹਾਂਜੀ ਉਹ ਗੀਤ ਬਹੁਤ ਚੱਲਿਆ ਉਹ ਉਹ ਵੀ ਮੈਂ ਰਿਕਾਰਡ ਕਰਕੇ ਵੀ ਟਾਈਮ ਤਾਂ ਹੁੰਦਾ ਨਹੀਂ ਸੀ ਇੰਡੀਆ ਰਹਿਣ ਦਾ ਉਹਨੂੰ ਰਿਕਾਰਡ ਕਰਕੇ ਮੈਂ ਵਾਪਸ ਉਦੋਂ ਮੈਂ ਕੈਨੇਡਾ ਆ ਗਈ ਸੀ 91 ਦੀ ਗੱਲ ਹੈ ਹਾਂਜੀ 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 ਰਿਕਾਰਡ ਕਰਕੇ ਕੈਨੇਡਾ ਆ ਗਈ ਤਾਂ ਪਿੱਛੋਂ ਮੇਰੇ ਸਿਸਟਰ ਨੇ ਦੱਸਿਆ ਕਹਿੰਦੇ ਨਿਰੂ ਤੇਰਾ ਗਾਣਾ ਤਾਂ ਬਹੁਤ ਚੱਲ ਰਿਹਾ ਮੈਨੂੰ ਪਤਾ ਨਹੀਂ ਸੀ ਕਿ ਬਹੁਤ ਚੱਲ ਰਿਹਾ ਦਾ ਮਤਲਬ ਕੀ ਹੁੰਦਾ ਹੈ ਮੇਰਾ ਮੇਰਾ ਤਾਂ ਇੱਥੇ ਤੱਕ ਮਤਲਬ ਸੀ ਕਿ ਰਿਕਾਰਡਿੰਗ ਹੋ ਗਈ ਵੀਡੀਓ ਬਣ ਗਈ ਸੋਹਣੀ ਬਣ ਗਈ ਬਸ ਹਾਂ ਕਿਉਂਕਿ ਸਮਝ ਨਹੀਂ ਸੀ ਉਦੋਂ ਇੱਕ ਮੈਨੂੰ ਇਹ ਦੱਸੋ ਕਿ ਜਿਹੜੇ ਐਮਬੀ ਵਾਲੇ ਕਹਿੰਦੇ ਉਦੋਂ ਰਾਇਲਟੀ ਦਿੰਦੇ ਹੁੰਦੇ ਸੀ ਹਾਂਜੀ ਕਿੰਨੀ ਘੁੰਦੀ ਸੀ ਰਾਇਲਟੀ ਰਾਇਲਟੀ ਬਹੁਤ ਘੱਟ ਹੁੰਦੀ ਸੀ ਜਿੱਦਾਂ ਸਿੰਗਰਜ਼ ਦੀ अबाउट 2% ਰਾਇਲਟੀ ਹੁੰਦੀ ਸੀ ਹੂੰ ਇਹ ਉਹਦੇ ਚ ਤਿੰਨ ਸਿੰਗਰ ਨੇ ਤਾਂ ਉਹ ਤਿੰਨਾਂ ਚ ਵੰਡ ਹੋ ਜਾਂਦੀ ਸੀ ਫੇਰ ਤਾਂ ਪਬਲਿਸ਼ਿੰਗ ਬਾਰੇ ਵੀ ਬਹੁਤ ਘੱਟ ਅੱਛਾ ਬਹੁਤ ਜ਼ਿਆਦਾ ਕਿਉਂਕਿ ਆ ਤਾਂ ਹੁਣ ਜਿਵੇਂ ਵੱਡੇ ਵੱਡੇ ਕਲਾਕਾਰ ਨੇ ਰਫੀ ਸਾਹਿਬ ਨੇ ਲਤਾ ਜੀ ਸੀਗੇ ਆਸ਼ਾ ਜੀ ਨੇ ਇਹਨਾਂ ਦੇ ਹਜ਼ਾਰੋਂ ਗਾਣੇ ਰਿਲੀਜ਼ ਹੋਏ ਨੇ ਔਰ ਇਹਨਾਂ ਦੀ ਜਿਹੜੀ ਲਿਸਨਰਸ਼ਿਪ ਆ ਉਹ ਬਹੁਤ ਜ਼ਿਆਦਾ ਫੀਡੀ ਹੁੰਦੇ ਜਦੋਂ ਪਲੇ ਹੁੰਦੇ ਨੇ ਉਤੋਂ ਇਹਨਾਂ ਨੂੰ ਰਾਇਲਟੀ ਆਉਂਦੀ ਆ ਤੁਸੀਂ ਹੁਜਾ ਸਾਹਿਬ ਦੇ ਨਾਲ ਬਹੁਤ ਕੰਮ ਕੀਤਾ ਜੀ ਤੇ ਉਹਨਾਂ ਦੇ ਜਿੱਦਾਂ ਤੁਸੀਂ ਕਿਹਾ ਪੇ ਮੇਰਾ ਖਿਆਲ ਪਹਿਲੀ ਤੁਸੀਂ ਕਿਹਾ ਪੀ ਐਚ ਐਮ ਵੀ ਚ ਉਹਨਾਂ ਦਾ ਹੀ 뮤직 ਸੀ ਜੀ ਜੀ ਤੇ ਉਹਨਾਂ ਨੇ ਵੀ ਜਦੋਂ ਪੰਜਾਬੀ ਸੰਗੀਤ ਨੂੰ ਤੁਸੀਂ ਦੇਖ ਲਓ ਕਿਦਾਂ ਬਹੁਤ ਦੇਣ ਆ ਜੀ ਉਹ ਪਹਿਲਾਂ ਉਹ ਟੂਟੀ ਪੀਸ ਕਹਿੰਦੇ ਹੁੰਦੇ ਸੀਗੇ ਜੀ ਹਾਂਜੀ ਜਿਹੜਾ ਜਿੰਨੇ ਬੰਦੇ ਮਿਲ ਜਾਣੇ ਕਲਾਰਨਟ ਵਾਲਾ ਹੋਵੇ ਤਾਂ ਉਹਨੂੰ ਵੀ ਕਹਣਾ ਨਾਲੇ ਬਹਿ ਜਾ ਸਾਰਿਆਂ ਨੇ ਡੂ 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 ਕੋਈ ਪੀਸ বাজਾਈ ਜਾ ਇੱਕੋ ਪੀਸ বাজਾਈ ਜਾਣਾ ਸੰਤਾਰ ਇਹਦੇ ਚ ਜਿਹੜੇ ਇੰਗਲੈਂਡ ਦੇ ਗਰੁੱਪ ਨੇ ਨਾ ਹਾਂਜੀ ਇਹਨਾਂ ਦਾ ਵੀ ਬਹੁਤ ਵੱਡਾ ਹੱਥ ਆ ਹਾਂਜੀ ਹੈਗਾ ਹਾਂਜੀ ਹਾਂ ਹਾਂ ਇਹਨਾਂ ਨੇ ਜਦੋਂ ਬੈਂਡਸ ਇਕੱਠੇ ਹੋ ਕੇ ਉਹਦੇ ਚ ਗਿਟਾਰਜ਼ ਯੂ نو ਕਿੰਨਿਆ ਆਪਣੇ ਇਨਸਟਰੂਮੈਂਟਸ ਕਿੰਨੇ ਸਾਰੇ ਡਰਮਸ ਹਾਂਜੀ ਹਾਂਜੀ ਤੇ ਉਹ ਸਾਰਾ ਕੁਝ ਐਡ ਕਰਕੇ ਕਿਉਂਕਿ ਇੰਗਲੈਂਡ ਦੇ ਤੁਸੀਂ ਦੇਖੋ ਆਪਣੇ ਕੰਗ ਸਾਹਿਬ ਹੋ ਗਏ ਡੀਸੀਐਸ ਗਰੁੱਪ ਹੋ ਗਿਆ ਆਪਣਾ ਸੰਗੀਤ ਗਰੁੱਪ ਹੋ ਗਿਆ ਹਾਂਜੀ ਸਾਥੀਸ ਹੋ ਗਏ ਫਿਰ ਸਾਥੀਸ ਤਾਂ ਥੋੜੇ ਜਿਹਾ ਪੁਰਾਣੇ ਚਲੇ ਜਾਂਦੇ ਨੇ ਹਾਂਜੀ ਪਰ ਉਹ ਤੋਂ ਬਾਅਦ ਵੀ ਆਪਣੇ ਉਸ ਵੇਲੇ ਵੀ ਆਲਾਪ ਗਰੁੱਪ ਸੀ ਮੰਗਲ ਹੁਣੀ ਸੀ ਬਹੁਤ ਸੀ ਹਾਂਜੀ ਇਹਨਾਂ ਨੇ ਥੋੜਾ ਜਿਹਾ ਕਿਉਂਕਿ ਵੈਸਟਰਨ ਪ੍ਰਭਾਵ ਸੀ ਹਾਂਜੀ ਹਾਂਜੀ ਉੱਥੇ ਇੰਗਲੈਂਡ ਸੋ ਇਹਨਾਂ ਨੇ ਥੋੜਾ ਜਿਹਾ ਜਿਹੜੀ ਕੰਪਾਈਲੇਸ਼ਨ ਸੀਗੀ ਇਹਨਾਂ ਨੇ ਸੰਗੀਤ ਦੀ ਜਿਆਦਾ ਇਨਸਟਰੂਮੈਂਟਲ ਲੱਗ ਕਿ ਸ਼ੁਰੂ ਕੀਤੇ ਹਾਂਜੀ ਸੋ ਇੰਡੀਆ ਚ ਫਿਰ ਜਿਦਾ ਹੁਜਾ ਸਾਹਿਬ ਨੇ ਸ਼ੁਰੂ ਕਰਤਾ ਹੋਈ ਬੋਲੀ ਜਸਵੰਤੇ ਹਿੰਦੀ ਦਾ ਵੀ ਬਹੁਤ ਅਸਰ ਸੀ ਨਾ ਹਿੰਦੀ میوزਿਕ ਦਾ ਤੇ ਉਹ ਉਹਨਾਂ ਨੂੰ ਪਤਾ ਸੀ ਕਿ ਜਦੋਂ ਹਿੰਦੀ ਚ ਇਦਾਂ ਦੇ ਗੀਤ ਬਣਦੇ ਆ ਪੂਰੀ ਔਰਕੈਸਟ੍ਰੇਸ਼ਨ ਦੇ ਨਾਲ ਪੰਜਾਬੀ ਚ ਕਿਉਂ ਨਹੀਂ ਬਣਦੇ ਜੀ ਫਾਈਨੈਸ ਬਹੁਤ ਸੀਗੀ ਹਾਂਜੀ ਬਹੁਤ ਮਾਈਨਿਊਟਲੀ ਹਰ ਚੀਜ਼ ਨੂੰ ਮਾਨੀਟਰ ਕੀਤਾ ਜਾਂਦਾ ਸੀ ਇੱਕ ਸਟੂਡੀਓ ਉਹਨਾਂ ਦਾ ਆਪਣਾ ਸੀ ਜਿਹਦੇ ਕਰਕੇ ਹੀ ਹੀ ਕੁਡ ਅਫੋਰਡ ਕਿ ਵੀ ਮੈਂ ਜਿਹੜੀ ਪਰਫੈਕਸ਼ਨ ਉਹਨਾਂ ਨੂੰ ਚਾਹੀਦੀ ਆ ਉਹ ਪਰਫੈਕਸ਼ਨ ਉਹਨਾਂ ਨੇ ਉਹਦੇ ਚ ਲੈ ਕੇ ਆਉਣੀ ਹਾਂ ਪਰ ਉਹਨਾਂ ਨੇ ਨਾ ਇੱਕ ਵਾਰੀ ਮੈਨੂੰ ਸ਼ੋਗਲ ਚ ਗੱਲ ਕਹੀ ਸੀ ਹੁਜਾ ਸਾਹਿਬ ਨੇ ਮੈਂ ਹੁਜਾ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਹੁਜਾ ਸਾਹਿਬ ਜੀ ਤੁਸੀਂ 뮤직 ਡਾਇਰੈਕਟਰ ਕਿੱਦਾਂ ਬਣੇ ਹੈ ਆਹ ਤੇ ਉਹਨਾਂ ਨੇ ਬੜੇ ਸ਼ੌਕਲ ਗੱਲਬਾਤ ਕੀਤੀ ਕਹਿੰਦੇ ਮੈਂ ਤਾਂ 10 ਰੁਪਏ ਪਿੱਛੇ ਮੀਡਿਕ ਡਾਇਰੈਕਟਰ ਬਣ ਗਿਆ ਤੇ ਮੈਂ ਕਹੋ ਕਿ ਤਾਂ ਕਹਿੰਦੇ ਵੇ ਗੱਲਿਆ ਕਿ HMB ਵਾਲੇ ਸਾਜੀ ਨੂੰ 45 ਰੁਪਏ ਦਿੰਦੇ ਹੁੰਦੇ ਸੀ ਇੱਕ ਗੀਤ ਦੇ ਆਹ ਤੇ ਕਹਿੰਦੇ ਮੀਡਿਕ ਡਾਇਰੈਕਟਰ ਨੂੰ 55 ਰੁਪਏ ਦਿੰਦੇ ਸੀ ਕਹਿੰਦੇ ਮੈਂ ਸੋਚਿਆ ਇਹ ਕੰਮ ਤਾਂ ਮੈਂ ਵੀ ਕਰ ਸਕਦਾ ਨਹੀਂ ਬੋਟ ਦੇਣਾ ਜੀ ਪਰ ਹੁਣ ਹੌਲੀ ਹੌਲੀ ਤੁਸੀਂ ਦੇਖੋ ਉਹ ਚੀਜ਼ ਨਾ ਇੰਨੀ ਅ ਵਰਥ ਹੋ ਗਈ ਕਿ ਹੁਣ 뮤ਜ਼ਿਕ ਡਾਇਰੈਕਟਰ ਲੱਖਾਂ ਦੇ ਵਿੱਚ ਚਾਰਜ ਕਰਦੇ ਆ ਉਹ ਤਾਂ ਲੱਖਾਂ ਕਰੋੜਾਂ ਚ ਚਾਰਜ ਕਰਦੇ ਆ ਜੀ ਤਾਂ ਕੋਈ ਕਹਿੰਦੇ ਨੇ ਕੋਈ ਹੁਣ ਤਾਂ ਮੁੱਲ ਹੀ ਹੈ ਨਹੀਂ ਜਿੰਨਾ ਕੋਈ ਮੰਗ ਲਵੇ ਉਨਾ ਠੀਕ ਆ ਹਾਂ ਹੁਣ ਗਾਇਕ ਨੂੰ ਨਹੀਂ ਪਤਾ ਕਿ ਗਾਇਕ ਦੇ ਕਿੱਥੋਂ ਪੈਸੇ ਬਣਨੇ ਆ ਬਾਕੀ ਸਾਰੇ ਉਹ ਤੋਂ ਬਣਾਈ ਜਾਂਦੇ ਆ ਸਟੂਡੀਓ ਵਾਲੇ ਵੀ ਐਡਾ ਵਾਲੇ ਵੀ ਗਾਇਕ ਦੇ ਲੱਗੀ ਜਾਂਦੇ ਗਾਇਕ ਗਾਇਕ ਦੇ ਇੱਕੜ ਵਿਕਰੇ ਅਕਿੱਲੇ ਸੋ ਉਹਨਾਂ ਨੇ ਵਿਚਾਰਿਆਂ ਨੇ ਏਕੜ ਵੇਚ ਕੇ ਚਲੋ ਜੀ ਆਪਣੀ ਵਧੀਆ ਵੀਡੀਓ ਡਾਇਰੈਕਟਰ ਵੀ ਬਣਾ ਰਿਆ ਪੈਸੇ 뮤직 ਡਾਇਰੈਕਟਰ ਵੀ ਬਣਾ ਰਿਆ ਉਹਦੇ ਚ ਜਿਹੜੇ ਆਰਟਿਸਟ ਨੇ ਕਰੂ ਆ ਜਿਹੜਾ ਉਹ ਸਾਰੇ ਪੈਸੇ ਬਣਾ ਰਿਆ ਪਰ ਐਂਡ ਆਫ ਦਾ ਡੇ ਜਿਹੜਾ ਆਰਟਿਸਟ ਸਿੰਗਰ ਆ ਹਾਂਜੀ ਸਾਡਾ ਜਿਹੜਾ ਇਨਕਮ ਦਾ ਸੋਰਸ ਸੀ ਸਾਡੇ ਪ੍ਰੋਗਰਾਮ ਸੀ ਨਾ ਤਾਂ ਕੋਈ ਰਾਇਲਟੀ ਸੀ ਨਾ ਸਾਨੂੰ ਕੋਈ ਕੈਸਟ ਦਾ ਪੈਸਾ ਮਿਲਦਾ ਸੀ ਕੋਈ ਕਿਸੇ ਪਾਸਿਓਂ ਇਨਕਮ ਨਹੀਂ ਸੀ ਪਰ ਸਾਨੂੰ ਜਿਹੜੀ ਸਬ ਤੋਂ ਵੱਡੇ ਇਨਕਮ ਸੀ ਸਾਡੇ ਸ਼ੋਜ਼ ਨਹੀਂ ਸੀ ਅੱਜ ਵੀ ਹੈ ਤਾਂ ਉਹੀ ਪਰ ਜਨ ਕਿ ਜਿਹਦੇ ਚੱਲਣ ਹੁਣ ਹਰ ਇੱਕ ਦੇ ਚੱਲ ਨਹੀਂ ਨਾ ਸਕਦੇ ਪਰ ਹੁਣ ਸੰਤਾਰ ਉਦੋਂ ਤੁਹਾਨੂੰ ਕੰਪਨੀ ਵੀ ਲੱਭਣੀ ਪੈਂਦੀ ਸੀਗੀ ਰਿਲੀਜ਼ ਕਰਨ ਲਈ ਕਿ ਕਿਹੜੀ ਕੰਪਨੀ ਨੇ ਇਹ ਥੋੜੀ ਕੈਸਟ ਰਿਲੀਜ਼ ਕਰਨੀ ਆ ਅੱਜ ਤਾਂ ਤੁਸੀਂ ਆਪ ਹੀ ਰਿਲੀਜ਼ ਕਰ ਦੋ ਚਾਹੇ YouTube ਤੇ ਲੋੜ ਹੀ ਨਹੀਂ ਕੰਪਨੀ ਦੀ ਹਾਂ ਲੋਕ ਕਿੱਦਾਂ ਕਹਿੰਦੇ ਹੈਗੇ ਭਈ ਇਹ ਕੰਮ ਈਜ਼ੀ ਹੋ ਗਿਆ ਜੀ ਜਿਹੜਾ ਮਰਜ਼ੀ ਰਿਲੀਜ਼ ਕਰ ਦੇਵੇ ਪਰ ਗੱਲ ਇਹ ਹੋ ਗਈ ਆ ਜਿੱਦਾਂ ਤੁਸੀਂ ਦੇਖੋ ਭਈ ਉਹ ਜੇ ਹੁਣ ਕੋਈ ਕੰਪਨੀ ਕਰਦੀ ਸੀ ਤਾਂ ਕੰਪਨੀ ਕੰਪਨਸੇਸ਼ਨ ਵੀ ਦਿੰਦੀ ਸੀ ਕੰਪਨਸੇਸ਼ਨ ਵੀ ਦਿੰਦੀ ਸੀ ਉਹਦੀ ਐਡ ਵੀ ਕਰਦੀ ਸੀ ਕੰਪਨੀ ਦਾ ਨਾਮ ਵੀ ਹੁੰਦਾ ਸੀ ਉਹਦੇ ਪਤਾ ਸੀ ਵੀ ਇਹ ਟੀ ਸੀਰੀਜ਼ ਵੱਲੋਂ ਆ ਰਹੀ ਹੈ ਟਿਪਸ ਵੱਲੋਂ ਆ ਰਹੀ ਹੈ ਔਰ ਉਹ ਐਡ ਵੀ ਕਿੰਨੀ ਕਰਦੇ ਸੀ ਕਿੰਨੀ ਕਰਦੇ ਸੀ ਉਹਦੇ ਤੇ ਉਹਦੇ ਕਰਕੇ ਚੱਲਦਾ ਵੀ ਸੀ ਜਿਹੜਾ ਪ੍ਰੋਡਕਟ ਆਪਣੇ ਗਾਣੇ ਸੀ ਐਲਬम्स ਸੀ ਚਾਹ ਹੁਣ ਤਾਂ ਸਿੰਗਲ ਟਰੈਕ ਸ਼ੁਰੂ ਹੋ ਗਏ ਸਿੰਗ ਹਾਂਜੀ ਸਵੇਰ ਨੂੰ ਗਾਣਾ ਲਿਖ ਹੁੰਦਾ ਜੇ ਬੈਕਮੂ 뮤జిక్ ਬਣ ਜਾਂਦਾ ਸ਼ਾਮ ਨੂੰ ਡਬਿੰਗ ਹੋ ਕੇ ਤਾਂ ਰਾਤ ਨੂੰ ਰਿਲੀਜ਼ ਹੋ ਜਾਂਦਾ। ਉਹੀ ਗੱਲ ਹੋ ਗਈ ਨਾ ਜਦੋਂ ਰਿਵੋਲਡ ਵੱਡਾ ਹੁੰਦਾ ਤਾਂ ਬੰਦਾ ਉਸ ਚੀਜ਼ ਤੇ ਕੰਮ ਵੀ ਓਨਾ ਜ਼ਿਆਦਾ ਕਰਦਾ। ਕੰਮ ਵੀ ਓਨਾ ਹੀ ਕਰਦਾ। ਯਾ ਤੁਹਾਨੂੰ ਪਤਾ ਵੀ ਜੇ ਤੁਸੀਂ ਕਿਸੇ ਘਰ ਦੇ ਵਿੱਚ ਸਾਰੀ ਉਮਰ ਰਹਿਣਾ ਤਾਂ ਬੰਦਾ ਉਹਦੀਆਂ ਕੰਧਾਂ ਪੱਕੀਆਂ ਬਣਾਉਂਦਾ। ਪੱਕੀਆਂ ਬਣਾਉਂਦਾ ਸੀਗਾ। ਤੇ ਜੇ ਪਤਾ ਵੀ ਆਪਾਂ ਇੱਥੇ ਵੀਕੈਂਡ ਹੀ ਰਹਿਣਾ ਤਾਂ ਬੰਦਾ ਕਹਿੰਦਾ ਤੰਬੂ ਲਾ ਲਾ। ਸਹੀ ਗੱਲ ਆ ਤੰਬੂ ਨਾਲ ਵੀ ਸਾਇ। ਹਾਂ ਜੀ ਨਾ ਹੁਣ ਦੇਖੋ ਤੁਸੀਂ ਆਪਣੇ ਥੋਡੇ ਗੀਤ ਨੇ ਹਨਾ ਉਹ ਚਾਹੇ ਜਿੰਨੇ ਮਰਜੀ ਪੁਰਾਣੇ ਆ ਅੱਜ ਵੀ ਸੁਣਦੇ ਆ ਆਪਾਂ ਉਹ ਐਂ ਲੱਗਦਾ ਵੀ ਇਹ ਨਵੇਂ ਆ ਉਹਨਾਂ ਚ ਪ੍ਰਾਣਨੀ ਝਲਕਦੀ ਉਹ ਅੱਜ ਵੀ ਨਵੇਂ ਨਕੋਰ ਲੱਗਦੇ ਆ ਵੀ ਕੱਲ ਰਿਲੀਜ਼ ਹੋਏ ਹੋਣ ਹਾਂਜੀ ਹਾਂਜੀ ਤੇ ਜਿਹੜੇ ਅੱਜ ਦੇ ਗਾਣੇ ਨੇ ਮੈਂ ਅਕਸਰ ਗੱਲ ਕਰਦੀ ਹੁੰਨੀ ਐ ਬਹੁਤ ਸਾਰੀਆਂ ਮੈਂ ਇੰਟਰਵਿਊਸ ਚ ਵੀ ਇਹ ਗੱਲ ਕਹੀ ਐ ਵੀ ਅੱਜ ਇੱਕ ਗੀਤ ਦੀ ਉਮਰ ਬਸ 19 ਕੀ ਆ ਜਿੰਨੀ ਦੇ ਰੋ ਟੀਵੀ ਤੇ ਚੱਲਦਾ ਹਾਂਜੀ ਬਸ ਜਦੋਂ ਟੀਵੀ ਤੋਂ ਉੱਤਰ ਗਿਆ ਉਹ ਤੋਂ ਬਾਅਦ ਲੋਕ ਭੁੱਲ ਜਾਂਦੇ ਨੇ ਅਗਲਾ ਜਿਹੜਾ ਗਾਣਾ ਆ ਗਿਆ ਟੀਵੀ ਤੇ ਫੇਰ ਉਹ ਗਾਣਾ ਜਿਹੜੇ ਆਪਣੇ ਪੁਰਾਣੇ ਗੀਤ ਨੇ ਉਹ ਲੋਕਾਂ ਨੂੰ ਅੱਜ ਤੱਕ ਯਾਦ ਨੇ ਤੁਸੀਂ ਦੇਖੋ ਵੀ 86 ਤੋਂ ਕਿੰਨੇ ਸਾਲ ਹੋ ਗਏ ਹੁਣ ਤਾਂ ਸਾਲ ਵੀ ਨੇ ਤੁਸੀਂ ਹੁਣ ਦੇਖ ਲਓ ਤੁਸੀਂ ਜੇ 82 ਤੋਂ ਸ਼ੁਰੂ ਕੀਤਾ ਸੀ ਤੇ ਤੁਹਾਨੂੰ ਕਿੰਨੇ ਹੋ ਗਏ ਜਿੱਦਾਂ ਤੁਹਾਡੀ ਸਿਹਤ ਆ ਤੁਹਾਡੀ ਲੁੱਕ ਆ ਕਿਸੇ ਨੂੰ ਇਹ ਪਤਾ ਨਹੀਂ ਲੱਗ ਸਕਦਾ ਭਈ ਤੁਸੀਂ 40 ਸਾਲ ਦੇ ਵੀ ਹੋਵੋਗੇ ਤਾਂ ਚੱਜ ਕੇ ਜਾਵੇ ਤੁਹਾਡੀ ਤਾਂ ਉਮਰ ਇੰਦਾ ਦੀ ਸਾਡੇ ਨਾ ਆਪਣੇ ਸਾਦੀ ਬੀਬੀ ਨੇ ਜਾ ਕੇ ਤੇ ਉੱਦੇ ਬੈਠੀ ਹੋਣਾ ਘਰ ਇੰਦਾ ਦੇ ਕਹਿਣਾ ਹੁਣ ਤਾਂ ਉਮਰ ਬਹੁਤ ਹੋ ਗਈ ਹਾਂਜੀ ਹਾਂ ਹਾਂਜੀ ਕਮਲ ਨੇ ਸ਼ੋਗਲ ਜੀ ਬੀਬੀ ਨੂੰ ਕਹਿਣਾ ਬੀਬੀ ਰੇਖਾ ਦੀ ਉਮਰ ਤੇਰੇ ਨਾਲੋਂ ਜ਼ਿਆਦੇ ਹੈ ਆਪਣੇ ਥੋੜਾ ਜਿਹਾ ਆਪਣੇ ਕਲਚਰ ਚ ਵੀ ਆ ਨਾ ਹਾਂਜੀ ਜੀ ਜਦੋਂ 40 ਸਾਲ ਦੀ ਉਮਰ ਹੁੰਦੀ ਹੈ 40 ਦੀ 50 ਦੀ ਫਿਰ ਕਹਿੰਦੇ ਨੇ ਜੀ ਮੁੰਡੇ ਨੂੰ ਵਿਆਹ ਲਓ ਨੋ ਆ ਗਈ ਕਿ ਚਲੋ ਜੀ ਹੁਣ ਸਾਰਾ ਕੰਮਕਾਰ ਛੱਡ ਦਿਓ ਹਾਂਜੀ ਹਾਂਜੀ ਨਹੀਂ ਮੇਨਟੇਨੈਂਸ ਆ ਆਪਣੇ ਸਰੀਰ ਦਾ ਜਿੰਨਾ ਮਰਜ਼ੀ ਰੱਖ ਲਓ ਤੁਸੀਂ ਜਿੰਨਾ ਮਰਜ਼ੀ ਰੱਖ ਲਓ ਹੁਣ ਉਹਦੇ ਲਈ ਉਹ ਵੀ ਮਿਹਨਤ ਆ ਮੈਨਾਂ ਤੇ ਉਹਦੇ ਲਈ ਵੀ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ ਤੁਹਾਨੂੰ ਐਕਸਰਸਾਈਜ਼ ਕਰਨੀ ਪੈਂਦੀ ਆ ਵਾਕਸ ਕਰਨੀ ਪੈਂਦੀ ਆ ਤੁਹਾਨੂੰ ਖਾਣ ਪੀਣ ਦਾ ਆਪਣਾ ਖਿਆਲ ਰੱਖਣਾ ਪੈਂਦਾ ਆਪਣੀ ਨੀਂਦ ਦਾ ਖਿਆਲ ਰੱਖਣਾ ਪੈਂਦਾ ਕਿ ਤੁਹਾਨੂੰ ਪ੍ਰੋਪਰ ਯੂ نو ਸਲੀਪ ਇਜ਼ ਵੈਰੀ ਇੰਪੋਰਟੈਂਟ ਹਾਂਜੀ ਹਾਂਜੀ ਸੋ ਕੋਈ ਵੀ ਕੰਮ ਜਿਹੜਾ ਮਰਜ਼ੀ ਕੰਮ ਲੈ ਲਓ ਮਿਹਨਤ ਤੋਂ ਬਿਨਾ ਕੋਈ ਫਲ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਅਸੀਂ ਆਸਟ੍ਰੇਲੀਆ ਗਏ ਜੀ ਤੇ ਉੱਥੇ ਨਾ ਮੈਨੂੰ ਇੱਕ ਬੰਦਾ ਮਿਲਣ ਆਇਆ ਜੀ ਤੇ ਉਹਨਾਂ ਦੀ ਚਿੱਟੀ ਦਾੜੀ ਜੀ ਤੇ ਤੇ ਅੱਖਾਂ ਦੇ ਵਿੱਚ ਇੱਕ ਨੋਏਂਗ ਜਿਹੀ ਸਮਾਇਲ ਹਾਂਜੀ ਤੇ ਉਹ ਐਦਾਂ ਖੁਸ਼-ਖੁਸ਼ ਮੇਰੇ ਵੱਲ ਨੂੰ ਆਣ ਸੱਸ ਹੱਥ ਜੋੜ ਕੇ ਤੇ ਮੈਨੂੰ ਲੱਗਾ ਮੈਂ ਪਛਾਣੀ ਜਾਵਾ ਪਛਾਣੀ ਜਾਵਾ ਫਿਰ ਮੇਰੇ ਮਨ 'ਚ ਨਾਮ ਆ ਗਿਆ ਇੱਕ ਮੁੰਡੇ ਦਾ ਸਾਡੇ ਨਾਲ ਪੜਦਾ ਸੀ ਤੇ ਮੈਂ ਕਿਹਾ ਇਹ ਤਾਂ ਬਿਲਕੁਲ ਉਹਦੀਆਂ ਅੱਖਾਂ ਉਹਦਾ ਡੈਡੀ ਆ ਹਣਾ ਤੇ ਮੈਂ ਉਹਨੂੰ ਸਾਸਤਰੀ ਕਾਲ ਜੀ ਸਾਸਤਰੀ ਕਾਲ ਸਾਸਤਰੀ ਕਾਲ ਹੋਈ ਤੇ ਫੇਰ ਉਹ ਮੁੰਡੇ ਦਾ ਨਾਮ ਲੈ ਕੇ ਪੁੱਛਿਆ ਮੈਂ ਕਿਹਾ ਜੀ ਕੁਲਵਿੰਦਰ ਦਾ ਕੀ ਹਾਲ ਚੱਲ ਕਹਿੰਦਾ ਲੈ ਮੈਂ ਹੀ ਆ ਕੁਲਵਿੰਦਰ ਹੈਨਾ ਅੱਛਾ ਇਹ ਹੁੰਦਾ ਕਈ ਵਾਰੀ ਮੈਂ ਹੁਣ ਫੇਸਬੁੱਕ ਤੇ ਮੇਰੀਆਂ ਫਰੈਂਡਸ ਨੇ ਜਿਹੜੀਆਂ ਮੇਰੀਆਂ ਕਲਾਸ ਫੈਲੋਜ਼ ਨੇ ਹੈਨਾ ਹਾਂਜੀ ਹਾਂਜੀ ਉਹ ਲੱਗਦਾ ਐ ਵੀ ਜਿੱਦਾਂ ਆਂਟੀਆਂ ਹੁੰਦੀਆਂ ਆ ਹਾਂਜੀ ਹਾਂਜੀ ਮੈਂ ਕਿਹਾ ਵੀ ਆਂਟੀ ਤਾਂ ਮੈਂ ਵੀ ਆ ਮੇਰਾ ਬੇਟਾ ਵੀ ਹੀ ਇਸ 37 ਨਾ ਹਾਂਜੀ 37 ਸਾਲ ਦਾ ਹੋ ਗਿਆ ਵੀ ਮੈਂ ਵੀ ਆਂਟੀ ਆ ਪਰ ਮੈਨੂੰ ਅੰਦਰੋਂ ਮਹਿਸੂਸ ਨਹੀਂ ਹੁੰਦਾ ਕਈ ਵਾਰੀ ਕਿ ਮੈਨੂੰ ਨਹੀਂ ਪਰ ਮੈਂ ਚਲੋ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਅਸੀਂ ਕ੍ਰਿਟਿਸਾਈਜ਼ ਨਹੀਂ ਕਰਦੇ ਪਰ ਅਸੀਂ ਇਹ ਜ਼ਰੂਰ ਕਹਿੰਦੇ ਆ ਭਈ ਖਾਣਾ ਪੀਣਾ ਸਭ ਕੁਝ ਇੱਕ ਨਾ ਸਾਡੇ ਨਾਲ ਮੁੰਡਾ ਕੀਬੋਰਡ ਵਜਾਉਂਦਾ ਜੀ ਹਾਂਜੀ ਤੇ ਉਹ ਬਿਲਕੁਲ ਹੀ ਖਾਣ ਪੀਣ ਦਾ ਧਿਆਨ ਨਹੀਂ ਰੱਖਦਾ ਆਹ ਤੇ ਇੱਕ ਦਿਨ ਅਸੀਂ ਕਿਸੇ ਰੈਸਟੋਰੈਂਟ ਚ ਗਏ ਤੇ ਉੱਥੇ ਜਦੋਂ ਉਹ ਨਹੀਂ ਬਹੁਤ ਕੁਝ ਲਿਆ ਕੇ ਰੱਖ ਦਿੱਤਾ ਤੇ ਕਮਲ ਉਹਨਾਂ ਨੂੰ ਕਹਿੰਦਾ ਕਹਿੰਦਾ ਜੀ ਮੈਨੂੰ ਉਹ ਕਹਿੰਦੇ ਜੀ ਬਟਰ ਚਿਕਨ ਆਹ ਕਮਲ ਕਹਿੰਦਾ ਜੀ ਪਹਿਲੇ ਉਹਨਾਂ ਨੂੰ ਜਾ ਕੇ ਕਹਿੰਦਾ ਕਹਿੰਦਾ ਮੈਨੂੰ ਸਿਰਫ ਰੋਸਟ ਚਿਕਨ ਮਿਲ ਸਕਦਾ ਤੇ ਉਹ ਬੰਦਾ ਕਹਿੰਦਾ ਕਹਿੰਦਾ ਜੀ ਲੂਣ ਪਾ ਸਕਦੇ ਆ ਉੱਤੇ ਕਮਲ ਕਹਿੰਦਾ ਹਾਂ ਲੂਣ ਪਾ ਸਕਦੇ ਆ ਤੇ ਉਹ ਕਹਿੰਦਾ ਚਲੋ ਜੀ ਫੇਰ ਤਾਂ ਬਹੁਤ ਵਧੀਆ ਚਲੋ ਜੀ ਉਹਨਾਂ ਨੇ ਆਵਨ ਵਿੱਚ ਚਿਕਨ ਰੱਖਿਆ ਲੂਣ ਲਾ ਕੇ ਤੇ ਉਹ ਕਮਲ ਮੁਰੇ ਲਿਆ ਕੇ ਰੱਖ ਦਿੱਤਾ ਨਾਲ ਸੈਲਡ ਤੇ ਉਹ ਮੁੰਡਾ ਇੱਦਾਂ ਦੇਖੀ ਜਾਵੇ ਕੀਬੋਰਡ ਵਾਲਾ ਤੇ ਮੈਨੂੰ ਕਹਿੰਦਾ ਭਾਜੀ ਇਹ ਗੱਲ ਪੁੱਛਣੀ ਆ ਮੈਂ ਕਿਹਾ ਹਾਂ ਜੀ ਤੇ ਉਹ ਮੈਂ ਵੀ ਉਹੀ ਖਾਣ ਲੱ ਪਿਆ ਕਮਲ ਵਾਲਾ ਕਹਿੰਦਾ ਤੁਸੀਂ ਸਦਾ ਪਿਕ ਕਰ ਕਰਕੇ ਚੀਜ਼ਾਂ ਖਾਂਦੇ ਆ ਅਹਾ ਤੇ ਕਹਿੰਦਾ ਅਸੀਂ ਸਭ ਕੁਝ ਖਾਈ ਜਾਨੇ ਆ ਜੋ ਵੀ ਹੱਥਾਂ ਦਾ ਤੇ ਕਹਿੰਦਾ ਫੇਰ ਹੁਣੇ ਪਤਾ ਲੱਗੂਗਾ ਅਹਾ ਤੇ ਇਹਦਾ ਫਾਇਦਾ ਹੁੰਦਾ ਕਿ ਨਹੀਂ ਇਹ ਹੁਣ ਦੇਖਾਂਗੇ ਹਨਾ ਅ ਮੈਂ ਕਿਹਾ ਫੇਰ ਦੇਖਣਾ ਕੀ ਆ ਇਹ ਤਾਂ ਡੇ ਟੂ ਡੇ ਐਨਰਜੀ ਆ ਸਾਨੂੰ ਠੀਕ ਲੱਗਦਾ ਵੀ ਸਾਡੇ ਚ ਇਹਦੇ ਨਾਲ ਐਨਰਜੀ ਠੀਕ ਆ ਇਸ ਖਾਣੇ ਨਾਲ ਤੇ ਮੈਂ ਕਿਹਾ ਵੀ ਜੇ ਤਾਂ ਅਸੀਂ ਪਹਿਲਾਂ ਮਰ ਗਏ ਤਾਂ ਤੂੰ ਮੈਨੂੰ ਕਹਿ ਨਹੀਂ ਜਾਣਾ ਵੀ ਦੇਖਿਆ ਕਿਉਂ ਤੂੰ ਮਰਤਾ ਗਿਆ ਤੇ ਮੈਂ ਕਿਹਾ ਜੇ ਤੂੰ ਪਹਿਲਾਂ ਮਰ ਗਿਆ ਤਾਂ ਮੈਂ ਤੈਨੂੰ ਕਿੱਦਾਂ ਕਹੂੰਗਾ ਵੀ ਦੇਖਿਆ ਹੁਣ ਤੂੰ ਮਰ ਗਿਆ ਥੈਟਸ ਫਨੀ ਐਕਚੁਅਲੀ ਉਮਰ ਤਾਂ ਆਪਾਂ ਨੇ ਉਨੀ ਕੀ ਭੋਗਣੀਆਂ ਹਾਂ ਆਈ ਸਟਰੋਂਗਲੀ ਬਲੀਵ ਕਰਦਾ ਕਿ ਜਿੰਨੇ ਸਾਲ ਲਿਖੇ ਨੇ ਪਰ ਉਹੋ ਜੇ ਆਪਾਂ ਵਧੀਆ ਤਰੀਕੇ ਨਾਲ ਜੀ ਲਈਏ ਹਨਾ ਅ ਕਿਸੇ ਤੇ ਡਿਪੈਂਡੈਂਟ ਨਾ ਹੋਈਏ ਆਪਣਾ ਕੰਮ ਆਪ ਕਰੀਏ ਬਸ ਐਨੀ ਕੀ ਉਹ ਫਰਕ ਹੁੰਦਾ ਆ ਤੂੰ ਤਾਂ ਕੋਈ ਬਹੁਤਾ ਫਰਕ ਨਹੀਂ ਕਿ ਹੈਲਥ ਵਾਈਜ਼ ਤੁਸੀਂ ਥੋੜਾ ਜਿਹਾ ਹੈਲਦੀ ਰਹਨੇ ਹੋ ਚੰਗਾ ਖਾਣੇ ਹੋ ਐਕਟਿਵ ਰਹਨੇ ਹੋ ਤਾਂ ਉਹਦੇ ਨਾਲ ਕੁਆਲਿਟੀ ਲਾਈਫ ਜਿਹੜੀ ਆ ਉਹ ਉਹ ਵਾਜ ਜਾਂਦੀ ਵਧੀਆ ਰਹਿੰਦੀ ਐਨਰਜੀ ਬੰਦੇ ਚ ਰਹਿੰਦੀ ਆ ਬੰਦਾ ਆਪਣਾ ਆਪ ਸਵਾਰ ਨਿਜੋਗਾ ਹੋਵੇ ਹੁਣ ਜੀ ਇਦਾਂ ਕਰੋ ਫੇਰ ਨਾ ਸਾਨੂੰ ਕੋਈ ਇੱਕ ਅੱਧੀ ਕੋਈ ਕੋਈ ਦੇਸੀ ਗੱਲ ਸੁਣਾਓ ਆਪਣੇ ਬਚਪਨ ਦੀ ਤੇ ਫੇਰ ਆਪਾਂ ਖਤਮ ਕਰੀਏ ਮੇਰਾ ਬਚਪਨ ਐਕਚੁਅਲੀ ਮੇਰੇ ਬਾਕੀ ਦੇ ਜਿਹੜੇ ਭੈਣ ਭਰਾ ਸੀ ਉਹਨਾਂ ਨਾਲੋਂ ਥੋੜਾ ਜਿਹਾ ਵੱਖਰਾ ਸੀ ਕਿਉਂਕਿ ਮੈਂ ਘਰ ਚ ਜਿੱਦਾਂ ਜ਼ਿੰਮੇਦਾਰਾ ਪਰਿਵਾਰ ਸੀ ਘਰ ਚ ਮੱਝਾਂ ਵੀ ਰੱਖੀਆਂ ਹੋਈਆਂ ਸੀ ਨਲਕੇ ਸੀ ਮੋਟਰ ਵੀ ਲੱਗੀ ਹੋਈ ਸੀ ਮਮਾ ਸੀ ਪਾਪਾ ਗ੍ਰੈਂਡਪੇਰੈਂਟਸ ਸੀ ਹਾਂਜੀ ਔਰ ਦਪਹਿਰ ਨੂੰ ਜਿਵੇਂ ਉੱਥੇ ਆਪਣੇ ਰਿਵਾਜ ਹੀ ਹੁੰਦਾ ਨਾ ਵੀ ਸਾਰੇ ਸੌ ਜਾਂਦੇ ਨੇ ਹਾਂਜੀ ਗਰਮੀਆਂ ਦੇ ਅਨੁਸਾਰ ਗਰਮੀਆਂ ਨੂੰ ਦੁਪਹਿਰ ਨੂੰ ਸਾਰਿਆਂ ਨੇ ਸੌਂ ਜਾਣਾ ਸਾਡਾ ਸਾਡੇ ਨਾਲ ਇੱਕ ਰੱਖਿਆ ਹੋਇਆ ਸੀ ਮੱਜਾ ਨੂੰ ਸੰਭਲਣ ਨੌਕਰ ਸੀ ਫੁੱਮਣ ਹਾਂਜੀ ਨੌਸੀ ਥਮਣ ਸਿੰਘ ਨੌਸੀ ਅਸੀਂ ਇਹਨੂੰ ਬਾਬਾ ਕਹਿ ਕੇ ਬੁਲਾਉਂਦੇ ਸੀ ਉਹ ਇੰਨਾ ਬਜ਼ੁਰਗ ਨਹੀਂ ਸੀ ਪਰ ਉਹਦੇ ਕਦੇ ਪੈਰਾਂ ਤੇ ਅਟਣ ਹੋ ਜਾਣੇ ਉਹਨੂੰ ਤੁਰਨ ਦੀ ਪ੍ਰੋਬਲਮ ਆਉਣੀ ਕਦੇ ਕੁਝ ਜਦੋਂ ਸਾਰਿਆਂ ਨੇ ਸੌਂ ਜਾਣਾ ਮੈਂ ਬਾਬੇ ਨੂੰ ਕਹਿਣਾ ਬਾਬੇ ਚੱਲ ਤੇਰੇ ਨਾਲ ਮੈਂ ਕੰਮ ਕਰਾਉਣੀ ਆ ਹਾਂ ਤੇ ਉਹ ਇੱਕ ਵਾਰੀ ਜਿੱਦਾਂ ਉਹਨੇ ਆਪਣਾ ਟੋਕਾ ਟੁੱਕਣ ਵਾਲੀ ਮਸ਼ੀਨ ਨਹੀਂ ਹੁੰਦੀ ਹਾਂਜੀ 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 ਉਹ ਇੱਕ ਨਾਲੇ ਰੁਗ ਦਵੇ ਇੱਕ ਪਾਸਿਓਂ ਦੂਜੇ ਪਾਸਿਓਂ ਜਾ ਕੇ ਜੋੜਦੀ ਮਸ਼ੀਨ ਫੇਰੇ ਫੇਰ ਉਹ ਜਾ ਕੇ ਪਿਛੇ ਮੈਂ ਉਹਨੂੰ ਕਹਿੰ ਮੈਂ ਕਿਹਾ ਤੂੰ ਰੁਗ ਦੇ ਮੈਂ ਮਸ਼ੀਨ ਫੇਰਦੀ ਹਾਂ ਮਸ਼ੀਨ ਫੇਰਦੀ ਹਾਂ ਉਹ ਮੈਂ ਜਿੱਦਾਂ ਮਸਤੀ 'ਚ ਮੈਂ ਕਿਹੜਾ ਕੰਮ ਥੋੜੀ ਸੀਗਾ ਉਹ ਮੇਰੇ ਲਈ ਤਾਂ ਇੱਕ ਖੇਡ ਸੀ ਸ਼ੋਗ ਗੱਲ ਹਾਂਜੀ 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 ਉਹ ਮੇਜੋਰ ਦੀ ਮਸ਼ੀਨ ਫੇਰ ਕੇ ਉਹ ਵੀ ਜਿਵੇਂ ਭੱਜ ਕੇ ਪਿੱਛੇ ਜਾਂਦਾ ਸੀਗਾ ਮੈਂ ਵੀ ਉਦੋਂ ਹੀ ਤੇਜ਼ ਤੇਜ਼ ਮਸ਼ੀਨ ਚਲਾ ਕੇ ਪਿੱਛੇ ਹੋਣ ਲੱਗੀ ਤਾਂ ਉਹਦਾ ਇੱਕ ਉਹ ਜਿਹੜਾ ਰਾਉਂਡ ਜਿਆ ਨਹੀਂ ਹੁੰਦਾ ਲੱਕੜ ਦਾ ਡੰਡਾ ਉਹ ਮੇਰੇ ਇੱਥੇ ਲੱਗਿਆ ਹਾਂਜੀ ਉਹ ਤੁਹਾਡੇ ਇੱਥੇ ਪਤਾ ਨਹੀਂ ਦਿਸਦਾ ਕਿ ਨਹੀਂ ਪਰ ਮੈਨੂੰ ਪਤਾ ਤੁਹਾਡੇ ਦਾਗ ਆ ਉਹ ਹਾਲੇ ਵੀ ਦਾਗ ਹੈਗਾ ਹਾਂਜੀ ਉਹ ਮੇਰੇ ਲਹੂ ਲਹਾਨ ਬਾਬਾ ਇੰਨਾ ਘਬਰਾ ਗਿਆ ਕਹਿੰਦਾ ਕੁੜੀਏ ਤੈ ਮੇਰੇ ਬੀਬੀ ਤੋਂ ਜੁੱਤੀਆਂ ਪਾਉਣੀਆਂ ਨੇ ਪਰ ਮੈਨੂੰ ਬਹੁਤ ਉਹਦੀ ਹੈਲਪ ਕਰਨੀ ਮੈਨੂੰ ਬਹੁਤ ਚੰਗੀ ਲੱਗਦੀ ਸੀ ਜਦੋਂ ਕਿਤੇ ਉਹਨੇ ਪੱਠੇ ਵੱਢਣ ਜਾਣਾ ਤਾਂ ਮੈਂ ਸਾਈਕਲ ਉਹਨੂੰ ਨਮਾ ਨਮਾ ਚਲਾਉਣਾ ਸਿੱਖਿਆ ਸੀਗਾ ਤਾਂ ਉਹ ਪੱਠੇ ਵੱਢਣ ਗਿਆ ਮੈਂ ਸਾਈਕਲ ਲੈ ਕੇ ਉਹਦੇ ਪਿੱਛੇ ਚਲੀ ਗਈ ਮੈਂ ਕਿਹਾ ਤੂੰ ਸਿਰ ਤੇ ਭਰੀ ਰੱਖ ਕੇ ਲਿਓ ਨਾ ਤੂੰ ਮੇਰੇ ਸਾਈਕਲ ਪਿੱਛੇ ਰੱਖ ਮੈਂ ਮੈਂ ਲੈ ਕੇ ਜਾਉਂਗੀ ਹਾਂ ਹੁਣ ਐਕਸਪੀਰੀਅੰਸ ਤਾਂ ਹੈ ਨਹੀਂ ਸੀ ਸਾਈਕਲ ਦਾ ਵੀ ਨਾ ਉਨੇ ਸਾਈਕਲ ਤੇ ਭਰੀ ਰੱਖੀ ਸਾਈਕਲ ਮੇਰਾ ਉਲਟ ਗਿਆ ਉਹ ਬਾਬਾ ਵਿਚਾਰਾ ਥੱਲੇ ਗਿਰਿਆ ਹੋਇਆ ਉੱਤੇ ਉਹਦੇ ਉਹ ਟਾਂਡੀ ਜਿਹੜੀ ਵੱਡੀ ਸੀ ਉਹਨੇ ਉੱਪਰ ਉਹਦੇ ਭਰੀ ਉਹਦੀ ਹਾਂਜੀ ਕਹਿੰਦਾ ਕੁੜੀਏ ਤੂੰ ਮੇਰੀ ਮਦਦ ਤਾਂ ਕੀ ਕਰਨੀ ਆ ਤੂੰ ਤਾਂ ਮੇਰੇ ਕੰਮ ਵਧਾ ਦੇਣੀ ਆ ਫੇਰ ਉਹ ਦਿਨ ਰਲ ਕੇ ਅਸੀਂ ਫੇਰ ਸਟੈਂਡ ਤੇ ਸਾਈਕਲ ਆਇਆ ਫੇਰ ਭਰੀ ਰੱਖੀ ਮੈਂ ਕਿਹਾ ਤੂੰ ਫੜ ਕੇ ਰੱਖੇ ਕਹਿੰਦਾ ਨਹੀਂ ਤੂੰ ਛੱਡ ਦੇ ਮੈਂ ਆਪੇ ਹੀ ਸਿਰ ਤੇ ਸੋ ਇਹ ਜੀਆਂ ਗੱਲਾਂ ਮੈਂ ਬਹੁਤ ਕਰਦੀ ਹੁੰਦੀ ਸੀ ਫੇਰ ਸਾਡੇ ਜਿਹਦਾ ਜਮਾਦਾਰ ਨਹੀਂ ਹੁੰਦੀ ਸੀ ਉਹਨੇ ਗੋਹਾ ਕੂੜਾ ਕਰਨਾ ਆ ਕੇ ਹਨਾ ਹਾਂਜੀ ਉਹਨੇ ਪਾਥੀਆਂ ਪੱਥਣੀਆਂ ਫੇਰ ਉਹ ਗੋਹਾਰਾ ਬੰਦੇ ਹੁੰਦੇ ਸੀਗੇ ਪਾਥੀਆਂ ਕਿੰਨੀਆਂ ਸਾਰੀਆਂ ਇਕੱਠੀਆਂ ਕਰਕੇ ਹਨਾ ਉਹ ਮੈਂ ਉਹਦੇ ਨਾਲ ਕਰਾਉਣੀ ਆ ਮੈਂ ਸਿੱਖਣਾ ਕਿ ਉਹ ਫੇਰ ਜਿੱਦਾਂ ਘਰੇ ਚਲੇ ਜਾਣਾ ਉਹਨੇ ਉਹਦੇ ਆਉਂਦੀ ਨੂੰ ਮੈਨੂੰ ਸੀਗਾ ਵੀ ਇਹ ਘਰੇ ਚਲੇਗੀ ਕੱਲ ਨੂੰ ਇਹਨੇ ਆ ਪਾਥੀਆਂ ਲਿਆ ਕੇ ਇਹਨੂੰ ਰਾਉਂਡ ਰਾਉਂਡ ਲਾਉਣੀਆਂ ਨੇ ਹੂੰ ਉਹ ਮੈਂ ਕਿੰਨੀਆਂ ਸਾਰੀਆਂ ਉਹਦੇ ਆਉਂਦੀ ਨੂੰ ਰਾਉਂਡ ਰਾਉਂਡ ਲਾਈਆਂ ਉਹ ਕਹਿੰਦੀ ਪੁੱਤ ਤੁ ਤਾਂ ਮੇਰਾ ਫੇਰ ਕੰਮ ਵਧਾਤਾ ਕਹਿੰਦੀ ਐ ਨਹੀਂ ਲੱਗਣੀ ਉਹਨੇ ਵਿਚਾਈ ਨੇ ਫੇਰ ਸਾਰੀ ਲਾ ਕੇ ਫੇਰ ਆਇਆ ਸੋ ਮੈਂ ਕੋਸ਼ਿਸ਼ ਕੀਤੀ ਹਰ ਇੱਕ ਕੰਮ ਨੂੰ ਸਿੱਖਣ ਦੀ ਹਾਂਜੀ ਹਾਂਜੀ ਇਵਨ ਜਿਹੜੀਆਂ ਆਪਾਂ ਧਾਰਾ ਕੱਢਣੀਆਂ ਕੱਢ ਨਹੀਂ ਸੀ ਹੁੰਦੀਆਂ ਮੇਰੇ ਇੱਥੇ ਛਾਲੇ ਹੋ ਜਾਂਦੇ ਸੀ ਪਰ ਉਹ ਵੀ ਮੈਂ ਕੋਸ਼ਿਸ਼ ਕੀਤੀ ਐ ਸਿੱਖਣ ਦੀ ਵੀ ਮੈਂ ਮਿਲ ਕੇ ਜ਼ਿੰਮੇਦਾਰਾ ਜਿੰਨੇ ਵੀ ਕੰਮ ਹਾਂਜੀ ਹਾਂਜੀ ਸਾਰਾ ਕੁਝ ਟਰਾਈ ਕੀਤਾ ਮੈਂ ਸਾਰਾ ਕੁਝ ਸਿੱਖਿਆ ਹੋਇਆ ਵੀ ਮੇਰੇ ਲਈ ਇਹ ਜਿਹੜੀਆਂ ਗੱਲ ਇਹ ਚੀਜ਼ਾਂ ਨੇ ਜਾਂ ਇਹ ਗੱਲਾਂ ਨੇ ਇਹ ਮੇਰੇ ਲਈ ਕੋਈ ਕੁਛ ਅਜੀਬ ਨਹੀਂ ਹੈਗੀਆਂ ਮੈਂ ਪੇਤੀ ਐ ਨਾ ਸਾਰੀਆਂ ਗੱਲਾਂ ਮੈਨੂੰ ਇੱਕ ਗੱਲ ਚੇਤੇ ਆਈ ਜੀ ਆਪਣੇ ਘੁੰਮਣ ਸਾਹਿਬ ਤੁਹਾਡੇ ਪੰਜਾਬ ਰੇਡੀਓ ਵਾਲੇ ਲੰਡਨ ਵਾਲੇ ਹਾਂਜੀ ਹਾਂਜੀ ਤੇ ਉਹਨਾਂ ਦੇ ਨਾ ਇੱਥੇ ਇੱਥੇ ਸੱਟ ਲੱਗਿਓ ਨਿਸ਼ਾਨ ਆ ਆਹਾਂ ਤੇ ਇੱਕ ਵਾਰ ਅਸੀਂ ਬੈਠੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਘੁੰਮਣ ਸਾਹਿਬ ਪਿਆ ਤੁਹਾਡੇ ਨਲਖੀ ਦਾ ਹੈਂਡਲ ਲੱਗਿਆ ਲੱਗਦਾ ਤੇ ਕਹਿੰਦੇ ਕਹਿੰਦੇ ਹਾਂ ਕਹਿੰਦੇ ਬਿਲਕੁਲ ਨਲਕੇ ਦਾ ਹੈਂਡਲ ਲੱਗਾ ਹੈ ਕਹਿੰਦੇ ਸਾਡੇ ਨਲਕੇ ਨੂੰ ਹੱਥੀ ਨਹੀਂ ਹੁੰਦੀ ਤੇ ਹਾਂਜੀ ਕਹਿੰਦੇ ਸਾਡੀ ਮਾਂ ਨੇ ਨਲਕੇ ਦੀ ਹੱਥੀ ਨਹੀਂ ਬਦਲਵਾਈ ਸਾਡੇ ਸਾਰੇ ਹੀ ਭੈਣ ਭਰਾਵਾਂ ਦੇ ਇੱਥੇ ਗੱਲ ਕੀਤੀ ਮੈਨੂੰ ਨਲਕੇ ਦੀ ਹੱਥੀ ਤੋਂ ਗੱਲ ਯਾਦ ਆ ਗਈ ਮੈਂ ਨਾਨਕੇ ਮੇਰੇ ਪੈਰੋਂ ਮੁੰਨੇ ਨੇ ਹਾਂਜੀ ਤੇ ਮੈਂ ਅਸੀਂ ਪੈਰ ਮੁੰਨੇ ਨਾਨਕੇ ਗਏ ਹੋਏ ਉੱਥੇ ਉਹ ਬੋਕੀ ਵਾਲਾ ਨਲਕਾ ਨਹੀਂ ਸੀ ਹੁੰਦਾ ਜਿਹਨੂੰ ਜ਼ੋਰ ਦੀ ਗੇੜਦੇ ਸੀ ਜਦੋਂ ਉਹਦੀ ਹੈਂਡਲ ਛੱਡਦੇ ਸੀ ਉਹ ਪਟੱਕ ਦੇਣੀ ਉੱਪਰ ਆਉਂਦਾ ਸੀ ਹਾਂਜੀ 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 ਆ ਆ ਮੇਰੇ ਮੱਥੇ ਤੇ ਨਿਸ਼ਾਨ ਇੱਕ ਸ਼ਾਇਦ ਪਤਾ ਨਹੀਂ ਤੁਹਾਨੂੰ ਨਜ਼ਰ ਆ ਰਿਹਾ ਨਹੀਂ ਹਾਂ ਨਹੀਂ ਦਿਸਦਾ ਨਹੀਂ ਸ਼ਾਇਦ ਪਰ ਮੈਨੂੰ ਪਤਾ ਹੋਵੇ ਜੀ ਹੈਗਾ ਤੁਹਾਡੇ ਹਾਂਜੀ ਹਾਂਜੀ ਉਹ ਮੈਂ ਉੱਥੇ ਨਾਨਕੇ ਗਈ ਹੋਈ ਤਾਂ ਉਹ ਨਲਕਾ ਗੇੜ-ਗੇੜ ਕੇ ਉਹ ਟੱਬ ਜਿਆ ਰੱਖਿਆ ਹੋਇਆ ਸੀ ਬੜਾ ਜਿਉਂ ਭਰਨ ਲੱਗੀ ਮੈਂ ਉਹਨੂੰ ਜ਼ੋਰ ਦੀ ਛੱਡਿਆ ਆ ਕੇ ਨਲਕਾ ਇੱਥੇ ਵੱਜਿਆ ਉਹ ਹਲੇ ਤੱਕ ਨਿਸ਼ਾਨ ਆਉਂਦਾ ਸੋ ਇਹ ਜੀਆਂ ਸ਼ਰਾਰਤਾਂ ਬਚਪਨ ਦੀਆਂ ਵਧੀਆ ਹਾਂਜੀ ਹਾਂਜੀ ਉਹ ਬੰਦਾ ਉਹ ਤੋਂ ਸਾਬਕ ਸਿੱਖਦਾ ਜ਼ਖਮ ਠੀਕ ਹੋ ਜਾਂਦੇ ਆ ਜ਼ਖਮ ਠੀਕ ਹੋ ਜਾਂਦੇ ਆ ਹਾਂਜੀ 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 ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਾ ਗੱਲਾਂ ਤੁਹਾਡੇ ਨਾਲ ਕਰਕੇ ਬਹੁਤ ਵਧੀਆ ਸਮਾਂ ਗੁਜ਼ਰਿਆ ਥੈਂਕ ਯੂ ਸੰਤਾਰ ਔਰ ਮੈਨੂੰ ਵੀ ਬਹੁਤ ਵਧੀਆ ਲੱਗਿਆ ਜੋ ਤੁਸੀਂ ਆਹ ਪੋਡਕਾਸਟ ਦਾ ਸ਼ੁਰੂ ਕੀਤਾ ਆ ਕਿਉਂਕਿ ਇਹਦੇ ਨਾਲ ਜਿਹੜਾ ਇੰਟਰਵਿਊਸ ਤਾਂ ਬਹੁਤ ਹੁੰਦੀਆਂ ਨੇ ਕਲਾਕਾਰਾਂ ਦੇ ਕਿਵੇਂ ਸ਼ੁਰੂ ਕੀਤਾ ਜੀ ਕਿਦਾਂ ਤੁਸੀਂ ਇੱਥੇ ਆਏ ਆ ਉਹ ਪਰ ਜਿਹੜੀਆਂ ਹੁਣ ਆਪਾਂ ਪਰਸਨਲ ਗੱਲਾਂ ਕੀਤੀਆਂ ਨੇ ਬਚਪਨ ਦੀਆਂ ਇਹ ਇਹ ਗੱਲਾਂ ਮੈਂ ਅੱਜ ਤੱਕ ਕਿਸੇ ਨਾਲ ਸ਼ੇਅਰ ਹੀ ਨਹੀਂ ਕੀਤੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਸੋ ਬੜਾ ਇੱਕ ਪਰਸਨਲ ਜਿਹਾ ਟੱਚ ਹੋ ਜਾਂਦਾ ਆਂਡ ਆਈ ਵਿਸ਼ ਯੂ 올 ਦਾ ਬੈਸਟ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਤੁਸੀਂ ਵੀ ਬਹੁਤ ਮੈਨੂੰ ਪਤਾ ਮਿਹਨਤ ਕੀਤੀ ਆ ਔਰ ਤੁਹਾਡਾ ਕੰਮ ਸ਼ੁਰੂ ਤੋਂ ਮੈਂ ਫੈਨ ਰਹੀ ਹਾਂ ਵਾਰਿਸਪਰਾਵਾ ਦੀ ਕਮਲ ਹੀਰ ਸੰਤਾਰ ਐਂਡ ਮਨਮੋਹ ਵਾਰਿਸ ਨੇ ਬੜਾ ਤੁਸੀਂ ਅਸੀਂ ਤਾਂ ਟੂਰ ਵੀ ਇਕੱਠੇ ਕੀਤੇ ਆ ਕਈ ਕੁਸ਼ੀ ਕੀਤਾ ਆ ਹਾਂਜੀ 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 ਇਕੱਠੇ ਗਏ ਸੀ ਤੇ ਉਹ ਉਦੋਂ ਵੀ ਬਹੁਤ ਸ਼ੁਗਲ ਹੋਏ ਸੀ ਉਹ ਆਪਾਂ ਅਗਲੇ ਪੋਡਕਾਸਟ ਚ ਫੇ ਗੱਲਾਂ ਕਰਾਂਗੇ ਠੀਕ ਹੈ ਠੀਕ ਹੈ ਓਕੇ ਸੰਤਾਰ ਓਕੇ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਸਸਰੀ ਕਾ ਦੀ ਸਸਰੀ ਕਾ ਦੀ ਥੈਂਕ ਯੂ ਥੈਂਕ ਯੂ ਪੰਜਾਬੀ ਪੌਡਕਾਸਟ ਨੂੰ ਸੁਣਨ ਲਈ ਬਹੁਤ-ਬਹੁਤ ਧੰਨਵਾਦ ਅਸੀਂ ਹਰ ਸ਼ੁੱਕਰਵਾਰ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਆ ਜੇ ਤੁਸੀਂ ਪੰਜਾਬੀ ਪੌਡਕਾਸਟ ਨੂੰ YouTube ਤੇ ਸੁਣਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜੇ ਪੌਡਕਾਸਟ ਦੀਆਂ ਐਪਾਂ ਦੇ ਵਿੱਚ ਸੁਣਦੇ ਹੋ ਤਾਂ ਫਾਲੋ ਜ਼ਰੂਰ ਕਰੋ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਈ ਵਾਰ ਪੁੱਛਿਆ ਕਿ ਪੌਡਕਾਸਟ ਕੀ ਹੁੰਦੀ ਹੈ ਇਹਦਾ ਮਤਲਬ ਉਹ YouTube ਤੇ ਦੇਖਦੇ ਆ ਪੌਡਕਾਸਟ ਕੁਝ ਨਹੀਂ ਹੁੰਦੀ ਇਹ ਵੀ ਬ੍ਰਾਡਕਾਸਟ ਹੀ ਹੁੰਦੀ ਆ ਜੋ ਆਈਪੋਡਾਂ ਤੇ ਹੁੰਦੀ ਆ ਸੋ ਪੋਡਕਾਸਟ ਦੇ ਆਪਾਂ ਨੇ ਉਹਨਾਂ ਦੇ ਵਿੱਚ ਤੁਸੀਂ ਇਸ ਪ੍ਰੋਗਰਾਮ ਨੂੰ ਰੇਡੀਓ ਵਾਂਗ ਸੁਣ ਸਕਦੇ ਹੋ ਜਿਵੇਂ ਕਿ ਸਪੋਟੀਫਾਈ ਜਾਂ ਐਪਲ ਪੋਡਕਾਸਟ Google ਪੋਡਕਾਸਟ ਹੋਰ ਵੀ ਬਹੁਤ ਸਾਰੇ ਪੋਡਕਾਸਟਾਂ ਦੇ ਪ੍ਰੋਗਰਾਮ ਨੇ ਸਾਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਲਾਈਕ ਕਰੋ ਤੇ ਇਸ ਪੋਡਕਾਸਟ ਨੂੰ ਜੇ YouTube ਤੇ ਦੇਖਦੇ ਹੋ ਤਾਂ YouTube ਤੇ ਸ਼ੇਅਰ ਕਰੋ ਵੀ ਇੱਕੋ ਹੀ ਗੱਲ ਆ ਅਗਲੇ ਹਫਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਸੰਗਤਾਰ ਵੱਲੋਂ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ